ਪ੍ਰਾਈਮ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਅੱਜ ਦੇ ਮਹਿਮਾਨ ਰਹਿਣਗੇ ਮੋਹਿਤ ਮਹਿੰਦਰਾ ਸਾਬਕਾ ਮੰਤਰੀ ਬ੍ਰਹਮਹਿੰਦਰਾ ਦੇ ਪੁੱਤਰ ਨੇਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਥੈਂਕ ਯੂ ਕਿਵੇਂ ਲੱਗ ਰਿਹਾ ਇੱਥੇ ਆ ਕੇ ਅੱਜ ਬਹੁਤ ਵਧੀਆ ਥੈਂਕ ਯੂ ਤੁਸੀਂ ਮੌਕਾ ਦਿੱਤਾ ਔਰ ਬੜਾ ਵਧੀਆ ਲੱਗ ਰਿਹਾ ਜੀ 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 ਮੋਹ ਜੀ ਜਿਵੇਂ ਮੇਰਾ ਪਹਿਲਾ ਵੈਸੇ ਤਾਂ ਸਵਾਲ ਤਾਂ ਨਹੀਂ ਹੋਣਗੇ ਪਰ ਗੱਲਾਂ ਬਾਤਾਂ ਹੈ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਗੱਲਬਾਤ ਸ਼ੁਰੂ ਕਰਦੇ ਆਂ ਕਾਕਾਸ਼ਾਹੀ ਤੋਂ ਮਤਲਬ ਰਾਜਨੀਤੀ ਚ ਨਾ ਕਾਕਾਸ਼ਾਹੀ ਬਹੁਤ ਮਤਲਬ ਰਹੀ ਹੈ ਖਾਸ ਕਰ ਕਾਂਗਰਸ ਇਹ ਗੱਲ ਕਹਿੰਦੀ ਰਹੀ ਹੈ ਵੀ ਸੈਕੂਲਰਿਜ਼ਮ ਦੀ ਅਸੀਂ ਜਿਹੜੀ ਰਾਜਨੀਤੀ ਕਰਦੇ ਆਂ ਪਰ ਕਾਕਾਸ਼ਾਹੀ ਪ੍ਰਧਾਨ ਰਹੀ ਹੈ ਤੁਹਾਡੇ ਤੇ ਵੀ ਇਹ ਅਲੀਗੇਸ਼ਨ ਲੱਗਦੇ ਆ ਵੀ ਹਾਂ ਮਤਲਬ ਤੁਹਾਡੇ ਵਿਰੋਧੀ ਲਾ ਰਹੇ ਆ ਵੀ ਯੂਥ ਕਾਂਗਰਸ ਦਾ ਪ੍ਰਧਾਨ ਮਤਲਬ ਸਾਬਕਾ ਮੰਤਰੀ ਦਾ ਮੁੰਡਾ ਬਣਾਤਾ ਗੱਲ ਇਹ ਆ ਕਿ ਕਾਕਾਸ਼ਾਹੀ ਸ਼ਬਦ ਮੇਰੇ ਤੇ ਟਕਮਾਣੀ ਹੈ ਉਹ ਉਦੋਂ ਟੁਕਵਾ ਹੁੰਦਾ ਹੈ ਜਦੋਂ ਗੱਲ ਇਹ ਹੈ ਕਿ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ ਉਹਦੇ ਚ ਰਿਫਲੈਕਟ ਕਰਦੀ ਹੈ ਕਾਕਾਸ਼ਾਈ ਕਾਕਾਸ਼ਾਈ ਜਿਹੜਾ ਕੋਈ ਆਮ ਪਰਿਵਾਰ ਚੋਂ ਜਾਂ ਨਾਨ ਪੋਲੀਟিক্যাল ਪਰਿਵਾਰ ਚੋਂ ਵੀ ਕੋਈ ਹੁੰਦਾ ਹੈ ਕਾਕਾਸ਼ਾਈ ਉਹਦੇ ਤੇ ਵੀ ਜ਼ਿੰਦਗੀ ਜਿਉਣ ਦੇ ਤਰੀਕੇ ਨਾਲ ਨਿਰਧਾਰਤ ਹੁੰਦਾ ਵੀ ਇਹ ਕਾਕਾਸ਼ਾਈ ਹੈ ਕਿ ਮਿਹਨਤਕਸ਼ ਹੈ ਜਦੋਂ ਅਹੀ ਫਰਕ ਟਟੋਲਣਾ ਚਾਹੁੰਦੇ ਆ ਸੋ ਉਹ ਮੇਰੇ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਪੇਰੈਂਟਸ ਨੇ ਸਿਖਾਇਆ ਉਹਨਾਂ ਦੇ ਦਿੱਤੇ ਸੰਸਕਾਰ ਵੀ ਕਿਵੇਂ ਔਰ ਜ਼ਿਆਦਾ ਤੌਰ ਤੇ ਕਿਉਂਕਿ ਕਿਉਂਕਿ ਸਾਬਕ ਉਹ ਤੋਂ ਮੰਤਰੀ ਸੀਗੇ ਐਮ ਐਲ اے ਸੀ ਪਬਲਿਕ ਲਾਈਫ ਵਿੱਚ ਸੀਗੇ ਉਹਨਾਂ ਦਾ ਹਮੇਸ਼ਾ ਇੱਕੋ ਗੱਲ ਹੁੰਦੀ ਸੀ ਕਿ ਯਾਰ ਰੂਲਸ ਨੂੰ ਫੋਲੋ ਕਰਨਾ ਹੈ ਸੰਸਕਾਰਾਂ ਵੱਡਿਆਂ ਨੂੰ ਰਿਸਪੈਕਟ ਦੇਣੀ ਹੈ ਔਰ ਮਿਹਨਤ ਕਰਨੀ ਹੈ ਸੋ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਖੇਡਾਂ ਸੀਗਾ ਬੇਸਿਕਲੀ ਮੈਂ ਕ੍ਰਿਕਟ ਖੇਡਦਾ ਸੀ ਜੀ 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 ਸੋ ਮੇਰਾ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ ਉਹ ਖੇਡਾਂ ਤੋਂ ਬੜਾ ਪ੍ਰਭਾਵਿਤ ਹੋਇਆ ਔਰ ਇੱਕ ਐਗਜ਼ਾਮਪਲ ਦੇ ਤੌਰ ਤੇ ਮੇਰੇ ਫਾਦਰ ਨੇ ਮੈਨੂੰ ਗੱਡੀ ਚਲਾਉਣ ਦਾ ਬੜਾ ਐ ਜੀ ਕਰਦਾ ਸੀ ਵੀ ਮੈਂ ਗੱਡੀ ਚਲਾਉਣੀ ਹੈ ਤੇ ਮੇਰੇ ਫਾਦਰ ਨੇ ਗੱਡੀ ਨੂੰ ਹੱਥ ਨਹੀਂ ਲਾਉਣ ਦਿੱਤਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਯਾਰ ਦੋਸਤ 12 13 ਸਾਲ ਦੀ ਉਮਰ ਚ ਆਉਂਦੀਆਂ ਗੱਡੀਆਂ ਭਜਾਉਂਦੇ ਫਿਰਦੇ ਨੇ ਉਹਨਾਂ ਨੇ ਮੈਨੂੰ ਕਿਹਾ ਤਾਂ ਵੀ ਤੂੰ ਗੱਡੀ ਨੂੰ ਨਹੀਂ ਹੱਥ ਲਾਉਣਾ ਮੇਰੇ ਛੋਟੇ ਬ੍ਰਦਰ ਨੇ ਜੀ ਤੇ ਮੈਂ <imitation> 18 ਸਾਲ ਦੀ ਉਮਰ ਤੋਂ ਅਸੀਂ ਉਦੋਂ ਗੱਡੀ ਫੜੀ ਜਦੋਂ 18 ਸਾਲ ਦੇ ਹੋਏ ਸਕੂਲ ਚ ਗਏ ਡਰਾਈਵਿੰਗ ਸਕੂਲ ਸੋ ਜ਼ਿੰਦਗੀ ਜਿਉਣ ਦਾ ਤਰੀਕਾ ਜੋ ਰੂਲਸ ਨੂੰ ਫੋਲੋ ਕਰਦੇ ਆ ਉਹ ਮੈਂ ਸਮਝਦਾ ਉਹ ਫਿਰ ਕਾਕਾਸ਼ਾਈ ਸ਼ਬਦ ਜਿਹੜਾ ਉਹ ਟਕਵਾ ਨਹੀਂ ਹੁੰਦਾ ਜ਼ਿੰਦਗੀ ਦੇ ਜੇ ਪਿਛੋਕਰ ਦੇ ਰੂਲਸ ਦੀ ਤੁਸੀਂ ਗੱਲ ਕੀਤੀ ਆ ਜਿਹੜੇ ਤੁਹਾਡੇ ਵਿਰੋਧੀ ਆਂਦੇ ਆ ਵੀ ਰੂਲਸ ਨੂੰ ਛਿੱਕੇ ਟੰਗ ਕੇ ਵੀ ਪ੍ਰਧਾਨਗੀ ਲੈ ਲਈ ਵੀ ਹਾਂ ਆਪਦੇ ਹਲਕੇ ਚੋਂ ਤਾਂ ਹਾਰ ਗਏ ਪਟਿਆਲਾ ਸ਼ਹਿਰੀ ਹਾਰ ਗਏ ਪਟਿਆਲਾ ਅਧਿਆਤੀ ਹਾਰ ਗਏ ਪਟਿਆਲਾ ਜ਼ਿਲ੍ਹਾ ਹਾਰ ਗਏ ਠੀਕ ਹੈ ਯੂਥ ਕਾਂਗਰਸ ਯੂਥ ਕਾਂਗਰਸ ਦਾ ਤੁਸੀਂ ਕਿਵੇਂ ਜਿੱਤ ਗਏ ਨਹੀਂ ਪਰ ਮੈਂ ਤਾਂ ਚੋਣ ਜਿਹੜੀ ਲੜ ਰਿਆ ਸੀਗਾ ਉਹ ਪੰਜਾਬ ਦੀ ਪ੍ਰਧਾਨਗੀ ਦੀ ਚੋਣ ਸੀਗੀ ਜੀ 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 ਦੇਖੋ ਗੱਲੇ ਹੈ ਕਈ ਹੋਰ ਜ਼ਿਲ੍ਹੇ ਵੀ ਸੀਗੇ ਜਿੱਥੇ ਦੋ ਤਿੰਨ ਧੜੇ ਸੀਗੀਆਂ ਦੋ ਤਿੰਨ ਧੜੇ ਬਣੇ ਹੋਏ ਸੀਗੇ ਔਰ ਆਫਕੋਰਸ ਜਦੋਂ ਇੱਕ ਡੈਮੋਕਰੈਟਿਕ ਪ੍ਰੋਸੈਸ ਚੋਂ ਬਾਹਰ ਨਿਕਲਦੇ ਆਂ ਤੇ ਧੜੇਬੰਦੀ ਹੁੰਦੀ ਹੈ ਤੇ ਉਵੇਂ ਹੀ ਪਟਿਆਲੇ ਵੀ ਦੋ ਤਿੰਨ ਧੜੇ ਸੀਗੇ ਸੋ ਹੁਣ ਮੈਂ ਪ੍ਰਧਾਨਗੀ ਲਈ ਸੀ ਉਹ ਜ਼ਿਲ੍ਹੇ ਦੀ ਲੜਾਈ ਤਾਂ ਜ਼ਿਲ੍ਹੇ ਦੀ ਹੋਊਗੀ ਨਾ ਸੋ ਮੈਂ ਪ੍ਰਧਾਨ ਨਹੀਂ ਹਲਕਾ ਤਾਂ ਥੋੜਾ ਨਹੀਂ ਫਿਰ ਉਹ ਕਿਵੇਂ ਡਿਟਰਮਾਈਨ ਹੁੰਦਾ ਮੈਂ ਤਾਂ ਕਹਿੰਦਾ ਮੈਂ ਜਿੱਤੇ ਆ ਜਿਲ੍ਹਾ ਉਹ ਡਿਟਰਮਨ ਕੀਵਨ ਦਾ ਇੱਕ ਜਿਹੜਾ VOTING process ਕੀ ਹੈ VOTING process ਦੇ ਵਿੱਚ ਚਾਰ options ਹੁੰਦੀਆਂ ਤੁਸੀਂ ਹਲਕਾ ਪ੍ਰਧਾਨ ਨੂੰ ਵੋਟ ਪਾਉਣੀ ਹੈ ਪਟਿਆਲਾ ਜਿਵੇਂ ਤੁਸੀਂ ਰੂਰਲ ਦੀ ਗੱਲ ਕਰਦੇ ਹੋ ਪਟਿਆਲਾ ਰੂਰਲ ਦੇ ਹਲਕਾ ਪ੍ਰਧਾਨ ਨੂੰ ਪਾਉਣੀ ਹੈ ਵੋਟ ਇੱਕ ਤੁਸੀਂ ਪਾਉਣੀ ਪਟਿਆਲਾ ਅਰਬਨ ਦੇ ਜਿਲੇ ਦੀ ਵੋਟ ਪਾਉਣੀ ਹੋ ਕਿਉਂਕਿ ਜਿਹੜਾ ਪਟਿਆਲਾ ਰੂਰਲ ਹੋ ਪਟਿਆਲਾ ਅਰਬਨ ਜਿਲੇ ਚੋਂ ਦਾ ਫਿਰ ਤੁਸੀਂ ਸਟੇਟ ਦੇ ਜਨਰਲ ਸੈਕਚੁਅਲੀ ਪਾਉਣੀ ਹੈ ਫਿਰ ਤੁਸੀਂ ਪੰਜਾਬ ਦੀ ਪ੍ਰਧਾਨਗੀ ਲਈ ਵੋਟ ਪਾਉਣੀ ਹੈ ਸੋ ਮੈਂ ਪਰਮਾਤਮਾ ਦੀ ਕਿਰਪਾ ਨਾਲ ਪਾਰਟੀ ਨੇ ਮੈਨੂੰ ਮੌਕਾ ਪ੍ਰਧਾਨਗੀ ਵਾਸਤੇ ਦਿੱਤਾ ਸੀ ਜਿਲੇ ਵਾਸਤੇ ਨਹੀਂ ਸੋ ਮੈਂ ਜਿਲੇ ਜਿਗਾ ਉਹ ਜਿਹੜੇ ਉਹ ਲੋਕ ਹੈ ਪਰੋਂ ਆਏ ਆ ਨਾ ਵੀ ਤੁਹਾਡੇ ਜਿਹੜੇ ਆਪਦੇ ਜਲੇ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਯੂਥ ਕਾਂਗਰਸ ਦੇ ਉਹ ਤਾਂ ਤੁਹਾਡੇ ਕਿਸੇ ਪ੍ਰੋਗਰਾਮ 'ਚ ਨਹੀਂ ਹੁੰਦੇਗੇ ਨਹੀਂ ਉਹ ਬਿਲਕੁਲ ਹੁੰਦੇ ਨੇ ਦੇਖੋ ਤੁਸੀਂ ਤਸਵੀਰਾਂ ਚਾਕੇ ਦੇਖੋ ਨਹੀਂ ਨਹੀਂ ਨਜ਼ਰ ਨਹੀਂ ਆਈ ਨਹੀਂ 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 ਮੈਂ ਸਾਂਝੀਆਂ ਕਰ ਦੂੰਗਾ ਤੁਹਾਡੇ ਨਾਲ ਤਸਵੀਰਾਂ ਬਿਲਕੁਲ ਆਏ ਨੇ ਇਹ ਉਹ ਲੋਕ ਦੇਖੋ ਕਈ ਵਾਰ ਕੀ ਹੁੰਦਾ ਹੈ ਕੁਝ ਲੋਕ ਜਿਹੜੇ ਸਿਸਟਮ ਤੋਂ ਬਾਹਰ ਹੁੰਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਕੋਈ ਇਦਾਂ ਦੀ ਗੱਲ ਹੈ ਜਿੰਨਾ ਡਿਸਪਲਿਨ ਮਾਸਮਦਾ ਯੂਥ ਕਾਂਗਰਸ ਦੇ ਵਿੱਚ ਜ਼ਿਆਦਾ ਡਿਸਪਲਿਨ ਹੈ ਵੱਡੀ ਕਾਂਗਰਸ ਨਾਲੋਂ ਓਵਰ ਦਾ ਪੀਰੀਅਡ ਆਫ ਟਾਈਮ ਮੇਰਾ ਇਹ ਤਜਰਬਾ ਹੈ ਔਰ ਜਿੰਨੀਆਂ ਮੀਟਿੰਗਸ ਹੁਣ ਤੱਕ ਕਾਲ ਹੋਈਆਂ ਜਿੱਥੇ ਜਿੱਥੇ ਜਿਹਦਾ ਜਿਹਦਾ ਜਿਹਨੂੰ ਸੁਨੇਹਾ ਲੱਗਿਆ ਸਾਰੇ ਪਹੁੰਚੇ ਨੇ ਸੋ ਕੋਈ ਇਹ ਜੀ ਗੱਲ ਨਹੀਂ ਹੈ ਵਿਰੋਧੀ ਕਈ ਵਾਰ ਦੇਖੋ ਇਲੈਕਸ਼ਨ ਹੈ ਕਈ ਵਾਰ ਮੇਰੇ ਪ੍ਰਤੀ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ ਕਦੇ ਪਾਰਟੀ ਦੇ ਪ੍ਰਤੀ ਕਿਸੇ ਨੂੰ ਸੋ ਇਹ ਗੱਲਾਂ ਸਿਸਟਮ ਤੋਂ ਬਾਹਰ ਆਲੇ ਲੋਕ ਕਈ ਵਾਰਾ ਗੱਲਾਂ ਆ ਜਾਂਦੀਆਂ ਨੇ ਮੈਂ ਸਮਝਦਾ ਇਹ ਠੀਕ ਹੈ ਹਰ ਇੱਕ ਨੇ ਆਪਣੀ ਗੱਲ ਕਰਨੀ ਹੈ ਸਭ ਨੂੰ ਹੱਕ ਹੈ ਅਕਸ਼ੀ ਉਹਨਾਂ ਨੇ ਮਤਲਬ ਸਵਾਲ ਖੜੇ ਕੀਤੇ ਹਨਾ ਅਲੀਗੇਸ਼ਨ ਲਾਈ ਥੋੜੀ ਤੇ ਵੀ ਹਾਂ ਵੀ ਮੰਤਰੀ ਦਾ ਮੁੰਡਾ ਸੀ ਸੋ ਕਿਤੇ ਨਾ ਕਿਤੇ ਬੈਕਬੋਨ ਸੀ ਪਿਛੋਂ ਆਣਾ ਸਪੋਰਟ ਵੀ ਸੀਗੀ ਸਾਰਿਆਂ ਦੀ ਵੱਡੇ ਜਿਹੜੇ ਕਾਂਗਰਸੀ ਨੇ ਉਹਨਾਂ ਦੀ ਸਪੋਰਟ ਸੀਗੀ ਲੀਡਰਸ ਦੀ ਸਪੋਰਟ ਸੀ ਸੀਗੀ ਜਿਹੜਾ ਤੁਹਾਨੂੰ ਪੰਜਾਬ ਦੀ ਸਿਆਸਤ ਦਾ ਪਤਾ ਹੈ ਮੈਨੂੰ ਤੁਹਾਨੂੰ ਬੜਾ ਤਜਰਬਾ ਹੈ ਚੜਦੇ ਸੂਰਜ ਨੂੰ ਸਲਾਮ ਹੈ ਮੇਰੇ ਫਾਦਰ ਇੱਕ ਤਰੀਕੇ ਨਾਲ ਆਪ ਕਹੀਏ ਜੇ ਰਿਟਾਇਰ ਵੀ ਹੋ ਗਏ ਜਾਂ ਉਹ ਇਲੈਕਸ਼ਨ ਵੀ ਨਹੀਂ ਲੜੇ ਔਰ ਜਦੋਂ ਮੈਂ ਪਿਛਲੀ ਇਲੈਕਸ਼ਨ ਵਿੱਚ ਚੋਣ ਲੜ ਲੜਿਆ ਸੀ ਉਦੋਂ ਹਸਪੀਟਲ ਬੈਡ ਸੀਗੇ ਜਦੋਂ ਮੈਂ ਪਿਛਲੀ ਜਨ ਇੰਸੈਕਟਰੀ ਦੀ ਚੋਣ ਲੜਿਆ ਸੀ ਕਿਹੜੇ ਵੱਡੇ ਲੀਡਰ ਉਦੋਂ ਮੇਰੇ ਖਿਲਾਫ ਸੀ ਤੇ ਐਤ ਕੀ ਕਿਹੜੇ ਵੱਡੇ ਲੀਡਰ ਖਿਲਾਫ ਸੀਗੇ ਸੋ ਇਹ ਗੱਲਾਂ ਨੇ ਹਾਂ ਨੌਜਵਾਨਾਂ ਨੇ ਇੱਕ ਚੀਜ਼ ਨੂੰ ਜ਼ਰੂਰ ਇੱਕ ਚੀਜ਼ ਦਾ ਖਿਆਲ ਰੱਖਿਆ ਕਿ ਅਸੀਂ ਕਾਂਗਰਸ ਮਾਈਂਡਡ ਬੰਦਾ ਕੋਈ ਅੱਗੇ ਲੈ ਕੇ ਆਉਣਾ ਹੈ ਇਸ ਸਮਾਂ ਔਖਾ ਸਮਾਂ ਹੈ ਕਾਂਗਰਸ ਪਾਰਟੀ ਦਾ ਕੋਈ ਐਨਕ ਪੱਕਾ ਇਹ ਵੀ ਬਹੁਤ ਔਖਾ ਸਮਾਂ ਅਸੀਂ ਗੁਜ਼ਰ ਰਹੇ ਨਾਜ਼ੁਕ ਦੌਰ ਚੋਂ ਅਸੀਂ ਗੁਜ਼ਰ ਰਹੇ ਹਾਂ ਔਰ ਕਾਂਗਰਸ ਪਾਰਟੀ ਦੇ ਨੌਜਵਾਨਾਂ ਨੇ ਕਿਉਂਕਿ ਸੰਗਠਨ ਦੀ ਇਲੈਕਸ਼ਨ ਹੈ ਕੱਲ ਆਪਾਂ ਨੂੰ ਬੜਾ ਕਲੀਅਰ ਹੋਣਾ ਚਾਹੀਦਾ ਹੈ ਸੰਗਠਨ ਦੀ ਇਲੈਕਸ਼ਨ ਹੈ ਔਰ ਮੇਰੇ ਨਾ 11 ਹੋਰ ਕੈਂਡੀਡੇਟ ਸਗੇ ਜਿਹੜੇ ਨਿਕਲ ਕੇ ਆਏ ਨੇ ਔਰ ਮੈਂ ਸਮਝਦਾ ਜਿਹੜਾ ਸਾਥੀ ਦੀ ਤੁਸੀਂ ਗੱਲ ਕੀਤੀ ਜੇ ਇਦਾਂ ਦੀ ਗੱਲ ਹੁੰਦੀ ਹੈ ਐਨਐਸਯੂਆਈ ਦੇ ਪ੍ਰਧਾਨ ਹੀ ਨਾ ਬੰਦੇ ਜਿੰਨਾ ਪੁਸ਼ ਰਾਹੁਲ ਗਾਂਧੀ ਜੀ ਨੇ ਆਮ ਪਰਿਵਾਰ ਮਤਲਬ ਨਾਨ ਪੋਲਿਟੀਕਲ ਪਰਿਵਾਰਾਂ ਚੋਂ ਨਿਕਲ ਕੇ ਆਏ ਨੌਜਵਾਨਾਂ ਨੂੰ ਦਿੱਤਾ ਮੈਂ ਮੈਂ ਨਾਨ ਪੋਲਿਟੀਕਲ ਉਹਨਾਂ ਨੂੰ ਨਹੀਂ ਕਹੂੰਗਾ ਆਮ ਘਰ ਦੀ ਗੱਲ ਕਰਦਾ ਕਿਉਂਕਿ ਉਹ ਕਈ ਵਾਰ ਆਮ ਘਰਾਂ ਚੋਂ ਜ਼ਿਆਦਾ ਪੋਲਿਟੀਕਲ ਲੋਕ ਨਿਕਲ ਆਉਂਦੇ ਨੇ ਸੋ ਪੋਲਿਟੀਕਲ ਹੁੰਦੇ ਨੇ ਸੋ ਆਪਾਂ ਨਾਨ ਪੋਲਿਟੀਕਲ ਨਹੀਂ ਉਹਨਾਂ ਨੂੰ ਕਹਿ ਸਕਦੇ ਸੋ ਉਹਨਾਂ ਚੋਂ ਜੇ ਨਿਕਲ ਕੇ ਆਏ ਨੇ ਤਾਂ ਅੱਜ ਪ੍ਰਾਈਮ ਐਗਜ਼ਾਮਪਲ ਸਾਡੇ ਪ੍ਰદાન ਪੰਜਾਬ ਕਾਂਗਰਸ ਦੇ ਪ੍ਰદાન ਰਾਜਾ ਵੜਿੰਗ ਜੀ ਸੀਐਲਪੀ ਦੇ ਲੀਡਰ ਸਾਡੇ ਪ੍ਰਤਾਪ ਬਾਜਵਾ ਜੀ ਇਹ ਸਾਰੇ ਯੂਥ ਕਾਂਗਰਸ ਕਰ ਚੁੱਕੇ ਆਂ ਔਰ ਜੇ ਸਾਡੇ ਵਰਗੇ ਨੌਜਵਾਨ ਨਹੀਂ ਅਗੇ ਆਉਣਗੇ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਔਖੇ ਸਮੇਂ ਅਕਾਲੀ ਦਲ ਚੋਂ ਤੋਣ ਤੁਰੇ ਜਾਂ ਭਾਜਪਾ ਚੋਂ ਤੋਣ ਤੁਰੇ ਆਪ ਸੋ ਗੱਲਾਂ ਨੇ ਜਿਹੜੇ ਆਮਕਰਾਂ ਦੇ ਮੁੰਡੇ ਜਿਹੜੇ ਆਮਕਰਾਂ ਦੇ ਮੁੰਡੇ ਕਾਂਗਰਸ ਨੂੰ ਪਿਆਰ ਕਰਦੇ ਜਿਹਨਾਂ ਨੇ ਕਾਂਗਰਸ ਲਈ ਕੰਮ ਕੀਤਾਗਾ ਹਨਾ ਕਈਆਂ ਨੂੰ ਮੈਂ ਜਾਣਦਾ ਉਹ ਕਹਿੰਦੇ ਸਾਨੂੰ ਤਾਂ ਅੱਗੇ ਨਹੀਂ ਆਉਣ ਦਿੰਦੇ ਫਿਰ ਮਾਨੂੰ ਸਾਨੂੰ ਮੌਕਾ ਨਹੀਂ ਮਿਲਦਾ ਇਸ ਤਰੀਕੇ ਨਾਲ ਜਿਵੇਂ ਜਿਹੜੀ ਕਾਕਾ ਸ਼ਾਹੀ ਦੀ ਆਪਾਂ ਗੱਲ ਕਰ ਰਹੇ ਹਾਂ ਕਾਕਾ ਸ਼ਾਹੀ ਪ੍ਰਧਾਨ ਰਹਿੰਦੀ ਹੈ ਪਿਛਲੇ ਦੋ ਪ੍ਰਧਾਨ ਆਪਾਂ ਚੱਕ ਕੇ ਦੇਖੀਏ ਸਾਡੇ ਪਿਛਲੇ ਦੋ ਪ੍ਰਧਾਨ ਇੱਕ ਬਰਿੰਦਰ ਢਿੱਲੋਂ ਜੀ ਤੇ ਅਮਰਪ੍ਰੀਤ ਲਾਲੀ ਜੀ ਉਹਨਾਂ ਨੂੰ ਦੋ ਵਾਰ ਮੌਕਾ ਮਿਲਿਆ ਪਾਰਟੀ ਨੇ ਦਿੱਤਾ ਇਲੈਕਸ਼ਨ ਲੜਨ ਦਾ ਔਰ ਲਾਲੀ ਜੀ ਨੂੰ ਐਤ ਕੀ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਇਹ ਦੋਨੋਂ ਨਾਨ ਪੋਲਿਟੀਕਲ ਪਰਵਾਰਾਂ ਚੋਂ ਸਿੱਕੇ ਉੱਠ ਕੇ ਆ ਰਹੇ ਨੇ 800 ਕੈਂਡੀਡੇਟ ਸੀ ਕੱਲਾ ਮੈਂ ਨਹੀਂ 모ਹਿਤ ਮਹਿੰਦਰਾ ਨਹੀਂ ਕੱਲਾ ਅਸੀਂ 800 ਕੈਂਡੀਡੇਟ ਸੀਗੇ ਸਾਰੀ ਪੰਜਾਬ ਯੂਥ ਕਾਂਗਰਸ ਜਿਨ੍ਹਾਂ ਨੇ ਅਸੀਂ ਰਲ ਕੇ ਮੈਂਬਰਸ਼ਿਪ ਕੀਤੀ ਅਕਸ਼ੇ ਕਹਿੰਦਾ 70 ਬਾਅਦ ਤਾਂ ਮੈਂ ਕੀਤੀ ਹੈ ਕਹਿੰਦੇ ਜਿ ਜੇ ਉਹ ਸਭ ਤੋਂ ਬਾਅਦ ਉਹਨਾਂ ਨੇ ਕੀਤੀ ਹੁੰਦੀ ਅੱਜ ਮੇਰੀ ਜਗ੍ਹਾ ਤੇ ਪੰਜਾਬ ਪ੍ਰਧਾਨ ਅਕਸ਼ੇ ਜੀ ਹੁੰਦੇ ਪਰ ਨੌਜਵਾਨਾਂ ਨੇ ਇਸ ਗੱਲ ਨੂੰ ਜ਼ਰੂਰ ਇੱਕ ਗੱਲ ਦਾ ਖਿਆਲ ਉਹਨਾਂ ਨੇ ਰੱਖਿਆ ਕਿ ਕੌਣ ਕਾਂਗਰਸ ਲਈ ਲੜਬੜ ਸਕਦਾ ਕਿਹੜਾ ਵਿਅਕਤੀ ਅਸੀਂ ਅੱਗੇ ਕਰੀਏ ਤਾਂ ਜੋ ਜਿਹੜਾ ਪਿੱਠ 'ਚ ਛੁਰਾ ਨਹੀਂ ਖੋਬੂਗਾ ਅੱਜ ਕਿੱਥੇ ਨੇ ਅਕਸ਼ੇ ਜੀ ਸਭ ਨੂੰ ਕਿਤੇ ਨੇ ਕਿਤੇ ਜਿਵੇਂ ਕਿ ਸਿਸਟਮ ਦੇ ਅੰਦਰਲੇ ਲੋਕਾਂ ਨੂੰ ਪਤਾ ਸੀ ਕਿਤੇ ਨੇ ਕਿਤੇ ਉਹ ਸਾਥੀ ਭਾਜਪੀ ਦੇ ਹੱਥਾਂ ਵਿੱਚ ਖੇਡ ਰਹੇ ਨੇ ਤੁਸੀਂ ਕਹ ਕਾਂਗਰਸ ਲਈ ਲੜਨ ਦੀ ਤੁਸੀਂ ਗੱਲ ਕੀਤੀ ਪਰ ਇੰਟਰਨਲ ਲੜਾਈਆਂ ਕਾਂਗਰਸ 'ਚ ਬਹੁਤ ਹੁੰਦੀਆਂ ਪਹਿਲਾਂ ਵੀ ਹੋਈਆਂ ਸਰਕਾਰ ਦੇ ਵਿੱਚ ਰਹਿਂਦੇ ਵੀ ਹੋਈਆਂ ਸਰਕਾਰ ਦੇ ਬਾਹਰ ਰਹਿੰਦੇ ਵੀ ਤੇ ਹੁਣ ਵੀ ਹੋ ਰਹੀਆਂ ਗਲਤ ਚਾਹੇ ਜੀ ਯਾ ਹਯੂਤ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਆਪਾਂ ਪੰਜਾਬ ਕਾਂਗਰਸ ਦੀ ਗੱਲ ਦੇਖੋ ਰਾਹੁਲ ਗਾਂਧੀ ਜੀ ਦਾ ਇੱਕ ਵਿਜਨ ਸੀਗਾ ਕਿ ਮੈਂ ਇੰਟਰਨਲ ਪਾਰਟੀ ਡੈਮੋਕ੍ਰੇਸੀ ਲੈ ਕੇ ਆਣੀ ਇੱਕ ਵਿਜਨਰੀ ਗੱਲ ਸੀਗੀ ਇੱਕ ਮਾਡਰਨ ਪੋਲਿਟਿਕਸ ਦੀ ਇੱਕ ਨਵੀਂ ਅਪਰੋਚ ਸੀਗੀ ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਯੂਥ ਕਾਂਗਰਸ ਦੀ ਗੱਲ ਕਰਦੇ ਐ ਵੀ ਯੂਥ ਕਾਂਗਰਸ ਸਿਲੈਕਸ਼ਨ ਨਹੀਂ ਹੋਣੀ ਚਾਹੀਦੀ ਵਿੱਚ ਵੰਡੀਆਂ ਪੈ ਜਾਂਦੀਆਂ ਨੇ ਸਾਡੇ ਵਿਰੋਧੀ ਵੀ ਕਹਿੰਦੇ ਨੇ ਔਰ ਕੁਝ ਤੁਹਾਨੂੰ ਸਹੀ ਦੱਸਾਂ ਤੇ ਸਾਡੇ ਜਿਹੜੇ ਵੱਡੇ ਲੀਡਰ ਆ ਉਹਨਾਂ ਚ ਵੀ ਕਿਤੇ ਨਾ ਕਿਤੇ ਇਹ ਚਰਚਾ ਹੁੰਦੀ ਹੈ ਕਿ ਯੂਥ ਕਾਂਗਰਸ ਚ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਉਹਦਾ ਮੁੱਖ ਕਾਰਨ ਹੈ ਕਿ ਸਾਡੇ ਚ ਪਹਿਲੇ ਸਟੇਜ ਤੇ ਹੀ ਵੰਡੀਆਂ ਪੈਣ ਦਾ ਜਿਹੜਾ ਕੰਮ ਹੈ ਉਹ ਹੋ ਜਾਂਦਾ ਹੈ ਉਹਨਾਂ ਦੀ ਗੱਲ ਠੀਕ ਹੈ ਪਰ ਜਿੱਥੇ ਜਦੋਂ ਰਾਹੁਲ ਗਾਂਧੀ ਜੀ ਦਾ ਵਿਜ਼ਨ ਹੈ ਕਿ ਮੈਂ ਇੰਟਰਨਲ ਪਾਰਟੀ ਜਿਹੜੀ ਡੈਮੋਕ੍ਰੇਸੀ ਉਹ ਲੈ ਕੇ ਆਉਣੀ ਹੈ ਜੇ ਤਾਂ ਸਾਡੇ ਵਰਗੇ ਨੌਜਵਾਨ ਉਹਨਾਂ ਵੰਡੀਆਂ ਨੂੰ ਤੇ ਉਹ ਜਿਹੜੀਆਂ ਲੀਕਾਂ ਵੱਜ ਜਾਂਦੀਆਂ ਇਲੈਕਸ਼ਨਾਂ ਜੇ ਤਾਂ ਸੀ ਮਟਾਂਡ ਚ ਕਾਮਯਾਬ ਹੋ ਜਾਂਦੇ ਫਿਰ ਤਾਂ ਜਿਹੜੀ ਵਿਜ਼ਨ ਹੈ ਰਾਹੁਲ ਗਾਂਧੀ ਜੀ ਨੇ ਜਿਸ ਸੋਚ ਨਾਲ ਇਹ ਇੰਟਰਨਲ ਪਾਰਟੀ ਡੈਮੋਕ੍ਰੇਸੀ ਲੈ ਕੇ ਆਏ ਹੈ ਜਿਹੜੀ ਸੋਚਣਾ ਲੱਗੇ ਫਿਰ ਅਸੀਂ ਪਹਿਰਾ ਦੇਣਾ ਹੈ ਲੀਕਾ ਮਟੌਨ ਦਾ ਕੰਮ ਸਾਡਾ ਹੈ ਕਿਸੇ ਹੋਰ ਦਾ ਨਹੀਂ ਤੇ ਜੇ ਐਦਾਂ ਹੀ ਵੰਡੀਆਂ ਹੀ ਪਾਈ ਰੱਖਣੀਆਂ ਫਿਰ ਉਹ ਉਹਨਾਂ ਦੀ ਗੱਲ ਠੀਕ ਹੋ ਜਾਂਦੀ ਕਿ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਸੋ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਸਾਰੇ ਨੌਜਵਾਨ ਇਹ ਸਿਲੈਕਸ਼ਨ ਤੋਂ ਬਾਅਦ ਸਾਰੇ ਇਕੱਠੇ ਨੇ ਸਾਡੀ ਸਟੇਟ ਐਗਜ਼ੀਕਟਿਵ ਦੀ ਮੀਟਿੰਗ ਆਖਿਣਾੜਾ ਤੁਹਾਡੇ ਉਹ ਤਾਂ ਬੀਜਪੀ ਚ ਹੀ ਚਲੇ ਗਏ ਕਿਉਂ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਕਿ ਇੰਟਰਨਲੀ ਸਾਰਿਆਂ ਨੂੰ ਪਤਾ ਸੀ ਕਿ ਕਿਤੇ ਨਾ ਕਿਤੇ ਬੀਜਪੀ ਦੀ ਇਨਵੋਲਵਮੈਂਟ ਹੈ ਇੱਕ ਖਬਰ ਦੇ ਅਲਿਗੇਸ਼ਨ ਲਾ ਕੇ ਗਏ ਨਾ ਜਿਵੇਂ ਨਹੀਂ ਤੁਸੀਂ ਇੱਕ ਅਖਬਾਰ ਦੀ ਇੱਕ ਖਬਰ ਵੀ ਮੈਂ ਪੜ੍ਹੀ ਸੀਗੀ ਜ਼ਿਆਦਾ ਡਿਟੇਲ ਚ ਨਹੀਂ ਮੈਨੂੰ ਪਤਾ ਇੱਕ ਪਰਚਾ ਹੋਇਆ ਸੀਗਾ ਮੇਰੇ ਖਿਆਲ ਉਹਨਾਂ ਤੇ ਹੋਇਆ ਸੀਗਾ ਤੇ ਉਹ ਪਰਚਾ ਜਿਹੜੀ ਵਾਰਦਾਤ ਜਾਂ ਇਨਸੀਡੈਂਟ ਜਿਹੜਾ ਵੀ ਇਨਸੀਡੈਂਟ ਸੀਗਾ ਉਹ ਇੱਕ ਬੀਜਪੀ ਦੇ ਲੀਡਰ ਦੇ ਘਰ ਹੋਇਆ ਸੀ ਜਿੱਦ ਤੋਂ ਸਾਬਤ ਹੋਇਆ ਕਿ ਬੀਜਪੀ ਦੇ ਲੀਡਰ ਦੇ ਘਰੋਂ ਉਹ ਇਲੈਕਸ਼ਨ ਆਪਰੇਟ ਹੋ ਰਹੀ ਸੀਗੀ ਸੋ ਕਿਉਂਕਿ ਖੁੱਲਾ ਮદાન ਹੈ ਹਰ ਸਿਸਟਮ ਨਹੀਂ ਹੈ ਕੁਝ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਕੁਝ ਡਿਸਐਡਵਾਂਟੇਜਸ ਵੀ ਹੁੰਦੀਆਂ ਸੋ ਉਹ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਸੀ ਸਾਰ ਸਭ ਨੂੰ ਪਤਾ ਸੀ ਕਿ ਬੀਜੇਪੀ ਦੇ ਲੀਡਰ ਦੇ ਖੰਨੋਂ ਲੜੀ ਜਾ ਰਹੀ ਹੈ ਸੋ ਉਹ ਤਾਂ ਸੋ ਇਸ ਲਈ ਮੈਂ ਸਮਝਦਾ ਉਹਨਾਂ ਨੇ ਜਾਣਾ ਹੀ ਸੀਗਾ ਤੇ ਫਿਰ ਜਿਹੜੇ ਅਕਸ਼ੇ ਦੇ ਬੰਦੇ ਜਿੱਤ ਕੇ ਫਿਰ ਇਹ ਮੰਨਿਆ ਜਾਵੇ ਬੀਜੇਪੀ ਦੇ ਨੇ ਉਹ ਯੂਥ ਕਾਂਗਰਸ ਦੇ ਕਿਹੜਾ ਨਾਲ ਗਿਆ ਉਹਨਾਂ ਦੇ ਜੇ ਉਹਨਾਂ ਦਾ ਕੋਈ ਹੁੰਦਾ ਤੇ ਨਾਲ ਜਾਂਦੇ ਸਾਡੇ ਨੌਜਵਾਨ ਔਰ ਇੰਪੋਰਟੈਂਟ ਪੋਸਟਸ ਵਿਚ ਹੈਗੇ ਨੇ ਔਰ ਇੱਥੇ ਅਕਸ਼ੇ ਇੱਥੇ ਮਹਾਰਾਣੀ ਪ੍ਰਨੀਤ ਕੌਰ ਵੀ ਨਹੀਂ ਛੱਡ ਕੇ ਇੱਥੇ ਵਾਲੇ ਤਾਂ ਕਾਂਗਰਸ ਮਹਾਰਾਣੀ ਪ੍ਰਨੀਤ ਕੌਰ ਵੀ ਕੈਪਟਨ ਨਾਲ ਨਹੀਂ ਗਏ ਫਿਰ ਮੇਰੀ ਬੇਨਤੀ ਹੈ ਕਿ ਇੱਥੇ ਅਕਸ਼ੇ ਜਾਂ ਮੋਹਦ ਦੀ ਗੱਲ ਨਹੀਂ ਕੀ ਜਾਂ ਇੱਥੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ ਉਹ ਲੋਕਾਂ ਨੇ ਯੂਥ ਕਾਂਗਰਸ ਦਾ ਝੰਡਾ ਚੱਕਿਆ ਉਹ ਯੂਥ ਕਾਂਗਰਸ ਦੇ ਨਾਲ ਖੜੇ ਨੇ ਇਹ ਨਹੀਂ ਕਿ ਮੇਰੇ ਨਾਲ ਖੜੇ ਨੇ ਯੂਥ ਕਾਂਗਰਸ ਦੇ ਨਾਲ ਖੜੇ ਨੇ ਆਪਾਂ ਚਲੋ ਹਲਕੀਆਂ ਗੱਲਾਂ ਕਰਦੇ ਹਾਂ ਨਾ ਪੋਲਿਟੀਕਲ ਗੱਲਾਂ ਵੀ ਹੋ ਗਈਆਂ ਕ੍ਰਿਕਟ ਖੇਡਦੇ ਸੀ ਤੁਸੀਂ ਇਧਰ ਇੰਟਰਸਟ ਕਿਵੇਂ ਬਣ ਗਿਆ ਰਾਜਨੀਤੀ 'ਚ ਦੇਖੋ ਹੌਲੀ ਹੌਲੀ ਜੀਨੋ ਕਹਨੇ ਹੈ ਕਿ ਕਿਸੇ ਵੀ ਸਿਆਸੀ ਪਰਿਵਾਰ ਜਿਵੇਂ ਆਪਾਂ ਗੱਲ ਕਰਦੇ ਆ ਇੱਕ ਇੰਟਰੈਕਸ਼ਨ ਪਬਲਿਕ ਇੰਟਰੈਕਸ਼ਨ ਬਹੁਤ ਹੁੰਦਾ ਇਕੱਠੇ ਖਾਣਾ ਪੀਣਾ ਇਕੱਠੇ ਉੱਠਣਾ ਗੱਲਾਂ ਬਾਤਾਂ ਸ਼ਹਿਰ ਚ ਕੀ ਚੱਲਦਾ ਹੈ ਕੀ ਕਮੀਆਂ ਪੇਸ਼ੀਆਂ ਨੇ ਕਿਵੇਂ ਅਸੀਂ ਉਹਨੂੰ ਠੀਕ ਕਰ ਸਕਦੇ ਹਾਂ ਇੱਕ ਉਹ ਸਿਸਟਮ ਇੱਕ ਉਹ ਸਿਸਟਮ ਜਿਹੜਾ ਮੇਰੇ ਫਾਦਰ ਜਿਹੜੇ ਉਹਨਾਂ ਦਾ ਕੰਡਕਟ ਸੀਗਾ ਵਿਧਾਨ ਸਭਾ ਜਾਣਾ ਜੋ ਉਹਨਾਂ ਦੀਆਂ ਗੱਲਾਂ ਸੁਣਨੀਆਂ ਕਿਸੇ ਨਾਲ ਗੱਲਬਾਤ ਕਰਨੀ ਕਿਸੇ ਕੋਈ ਇੰਟਰਵਿਊ ਉਹਨਾਂ ਦੀ ਸੋ ਹੌਲੀ ਹੌਲੀ ਜਿਹੜਾ ਇੱਕ ਇੱਕ ਮਾਹੌਲ ਸੀਗਾ ਪਬਲਿਕ ਲਾਈਫ ਦੇ ਵਿੱਚ ਉੱਥੋਂ ਇੰਟਰਸਟ ਹਮੇਸ਼ਾ ਮਾਂਚਾ ਹੁੰਦਾ ਸੀ ਕਿ ਯਾਰ ਇੱਕ ਚੰਗਾ ਪਲੇਟਫਾਰਮ ਹੈ ਪਰ ਮੇਰਾ ਪਰਸਨਲ ਤੌਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ 6 ਸਾਲ ਦੀ ਉਮਰ ਚ ਕ੍ਰਿਕਟ ਬੈਟ ਫੜ ਲਿਆ ਸੀ ਔਰ ਉਦੋਂ ਤੋਂ ਲੈ ਕੇ ਔਰ 13 ਸਾਲ ਦੀ ਉਮਰ ਚ ਮੈਨੂੰ ਪਰਮਾਤਮਾ ਦੀ ਕਿਰਪਾ ਵੀ ਮੈਂ 2 ਲੱਖ ਰੁਪਏ ਦਾ ਚੈੱਕ ਮੈਨੂੰ BCCI ਵੱਲੋਂ 13 ਸਾਲ ਦੀ ਉਮਰ ਮੈਂ ਘਰੇ ਲੈ ਕੇ ਆਇਆ ਸੀ ਉਹਦਾ ਉਸੇ ਦਾ ਫਿਰ ਮੈਂ ਬੈਟ ਲਿਆ ਉਸੇ ਦਾ ਮੈਂ ਬਾਲ ਲਿਆ ਸਪਾਂਸਰਸ਼ਿਪਸ ਆਈਆਂ ਸੋ ਮੈਂ ਬਿਲਕੁਲ 12 13 ਸਾਲ ਆਪਣੇ ਉਸ ਉਮਰ ਦੇ ਦਿੱਤੇ ਔਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਡਿਸਪਲਿੰਡ ਲਾਈਫ ਅਸੀਂ ਲੀਡ ਕੀਤੀ ਸੋ ਹੌਲੀ ਹੌਲੀ ਜਿਵੇਂ ਕਿਹਾ ਵੀ ਮੇਰੇ ਗ੍ਰੈਂਡਫਾਦਰ ਇਨਕਮ ਟੈਕਸ ਦੇ ਲੋਰ ਹੁੰਦੇ ਸੀ ਸ਼ਹਿਰ ਦੇ ਵਿੱਚ ਉਹ ਪਹਿਲੇ ਉਹਨਾਂ ਨੇ ਬੁੱਕ ਵੀ ਲਿਖੀ ਜਦੋਂ ਹਜੇ ਇਨਕਮ ਟੈਕਸ ਨਹੀਂ ਸੀ ਇੱਕ ਲੀਗਲ ਬੈਂਟ ਆਫ ਮਾਈਂਡ ਹਮੇਸ਼ਾ ਤੋਂ ਸੀਗਾ ਖੇਡਾਂ ਵਾਲ ਖੁਦ ਹੀ ਆਸੀ ਪਰ ਅੱਗੇ ਹੋ ਰਹੇ ਸੀਗੇ ਪਰ ਜਦੋਂ ਇੱਕ ਰਿਸ਼ਤਾ ਬਣ ਜਾਂਦਾ ਹੈ ਨਾ ਉਸ ਹਲਕੇ ਦੇ ਆਉਣਾ ਲੋਕਾਂ ਨਾਲ ਕਿਉਂਕਿ ਸੱਤ ਵਿੱਚ ਵੀ ਜਦੋਂ ਹੋਸ਼ ਸੰਭਾਲੀ ਤੇ ਆਪਣੇ ਫਾਦਰ ਸਾਹਿਬ ਲਈ ਤੇ ਪਾਰਟੀ ਲਈ ਕੈਂਪੇਨ ਕੀਤਾ 12 ਚ ਵੀ ਕੀਤਾ ਦੋਨੋਂ ਵੇਲੇ ਸਰਕਾਰ ਨਹੀਂ ਬਣੀ ਜਦੋਂ 17 ਚ ਕੈਂਪੇਨ ਕੀਤਾ ਉਦੋਂ ਸਰਕਾਰ ਬਣੀ ਤੇ ਜਦੋਂ ਕੈਂਪੇਨ ਕਰਨ ਵੇਲੇ ਜੋ ਗੱਲਾਂ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਯਾਰ ਆ ਕਰ ਦੋ ਵੀ ਤੁਹਾਡੇ ਤੇ ਅਸੀਂ ਡਿਲੀਵਰ ਕਰਾਂਗੇ ਤੇ ਜਦੋਂ ਸਰਕਾਰ ਬਣ ਗਈ ਇੱਕ ਮਾਨਸਿਕ ਬੋਝ ਵੀ ਸੀ ਕਿ ਜੇ ਹੁਣ ਸਰਕਾਰ ਬਣਾਉਣ ਚਾਹ ਜਤੋਂ ਚ ਸਾਡਾ ਜੇ ਕੋਈ ਕੰਟ੍ਰਿਬਿਊਸ਼ਨ ਰਹਿ ਹੈ ਤੇ ਹੁਣ ਜਿਹੜੇ ਉਹ ਲੋਕ ਹੈ ਉਹਨਾਂ ਦਾ ਹੁਣ ਕੀ ਉਹਤੇ ਪੈਰਾ ਵੀ ਦੇਣਾ ਹੁਣ ਸਾਡਾ ਕੰਮ ਹੈ ਸੋ ਹੌਲੀ ਹੌਲੀ ਕਰਦੇ ਕਰਦੇ ਇੱਕ ਅੱਛਾ ਪਾਰਟੀ ਨਾਲ ਇੱਕ ਪਿਆਰ ਸੀ ਹਾਲਾਂਕਿ ਜਦੋਂ ਵੱਡੇ ਹੋ ਰਹੀ ਸੀ ਮੈਨੂੰ ਯਾਦ ਹੈ ਮੈਂ ਫਾਜ਼ਲ ਸਾਹਿਬ ਨੂੰ ਪੁੱਛਿਆ ਵੀ ਵੀ ਕਾਂਗਰਸੀ ਕਿਉਂ ਉਹ ਕਹਿੰਦੇ ਤੁਹਾਨੂੰ ਖੁੱਲੀ ਆਜ਼ਾਦੀ ਹੈ ਜਿਹੜੀ ਮਰਜ਼ੀ ਸੋਚਣਾ ਜੜੋ ਪਰ ਇੱਕ ਅੰਦਰੋਂ ਪਿਆਰ ਕਾਂਗਰਸ ਪਾਰਟੀ ਦੇ ਪ੍ਰਤੀ ਜਾਂ ਜਿਵੇਂ ਇੱਕ ਹਿਸਟਰੀ ਕਿਵੇਂ ਆਪਣਾ ਦੇਸ਼ ਈਵੋਲਵ ਹੋਇਆ ਅ ਬੜਾ ਅੱਛਾ ਕੜੀ ਕਈ ਸਟੇਟਸਮੈਨ ਆਏ ਸੋ ਇੱਕ ਮਾਹੌਲ ਉਦਾਂ ਦਾ ਬਣ ਗਿਆ ਹੌਲੀ ਹੌਲੀ ਫਿਰ ਮੈਂ ਯੂਥ ਕਾਂਗਰਸ ਦੀ ਸਦਸਤਾ ਲਈ ਮੈਂਬਰਸ਼ਿਪ ਲਈ ਮੈਨੂੰ ਫਿਰ ਲੋਕ ਸਭਾ ਪਟਿਆਲਾ ਦਾ ਪਾਰਟੀ ਨੇ ਸੈਕਟਰੀ ਲਾਇਆ ਸੋ ਗ੍ਰੈਜੂਅਲੀ 8 ਸਾਲ ਮੈਨੂੰ ਲੱਗੇ ਹੁਣ ਤੁਸੀਂ ਗੱਲ ਕੀਤੀ ਅਕਸ਼ੇ ਜੀ ਦੀ ਜਿੱਥੇ ਥ੍ਰੈਸ਼ਹੋਲਡ ਮੇਰੇ ਲਈ ਮੈਨੂੰ 8 ਸਾਲ ਲੱਗੇ ਪ੍ਰਧਾਨਗੀ ਦੀ ਇਲੈਕਸ਼ਨ ਲੜਨ ਲਈ ਉਹਨਾਂ ਨੂੰ ਪਾਰਟੀ ਨੇ 15 ਦਿਨ ਚ ਮੌਕਾ ਦਿੱਤਾ ਮੈਨੂੰ 8 ਸਾਲ ਲੱਗੇ ਯੂਥ ਕਾਂਗਰਸ ਤੋਂ ਪ੍ਰਧਾਨਗੀ ਐਲੀਜੀਬਲ ਹੋਣ ਲਈ ਸੋ ਉਹਨਾਂ ਨੂੰ 15 ਦਿਨ ਦੇ ਦਿੱਤਾ ਕਿਵੇਂ ਫਰਕ ਹੈ ਔਰ ਮੈਂ ਇਸ ਗੱਲ ਤੇ ਕਿ ਜਿਹਨੇ ਮਿਹਨਤ ਕਰਨੀ ਹੈ ਉਹਨੇ ਕੰਮ ਕਰਨਾ ਸੋ ਹੌਲੀ ਹੌਲੀ ਕਰਕੇ ਆ ਵੀ ਪੋਲਿਟਿਕਸ ਵਿੱਚ ਆਇਆ ਫਰਮ ਪਾਰਟੀ ਨੇ ਮੌਕਾ ਦਿੱਤਾ ਕਿ ਪਟਿਆਲਾ ਰੂਰਲ ਦੀ ਵਿਧਾਨ ਸਭਾ ਸੀਟ ਵੀ ਮੈਨੂੰ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜ਼ਿਲ੍ਹੇ ਸਭ ਤੋਂ ਜ਼ਿਆਦਾ ਵੋਟਾਂ ਕਾਂਗਰਸ ਦੇ ਕਿਸੇ ਕੈਂਡੀਡੇਟ ਨੂੰ ਮਿਲੀਆਂ ਤਾਂ ਉਹ ਮੈਨੂੰ ਮਾਣ ਪ੍ਰਾਪਤ ਹੋਇਆ ਬੜਾ ਪਿਆਰ ਔਰ ਪਰਵਾਰ ਨਾਲ ਉੱਥੇ ਸਾਂਝਾ ਬਹੁਤ ਹੈ ਐਸੈਂਬਲੀ ਇਲੈਕਸ਼ਨ ਤਾਂ ਹਾਰ ਕੇ ਤੁਸੀਂ ਉਹਨਾਂ ਸਾਂਝਾ ਨਹੀਂ ਸੀਗੀਆਂ ਪਰਵਾਰ ਨਾਲ ਨਹੀਂ ਹੈਗੀਆਂ ਹੁਣ ਵੀ ਹੈਗੀਆਂ ਗੱਲ ਇਹ ਜਮਾਨਤ ਕਾ ਤੋ ਜ਼ਬਤ ਕਰਾਤੀ ਤੁਹਾਡੀ ਉਹਨਾਂ ਨਹੀਂ ਨਹੀਂ ਇਹ ਲੋਕਾਂ ਦਾ ਰਾਈਟ ਹੈ ਇਹ ਲੋਕਾਂ ਦਾ ਸਿਮਰਜੀ ਰਾਈਟ ਹੈ ਕਿ ਅਸੀਂ ਕਿਸੇ ਵੇਲੇ ਇੱਕ ਕੋਈ ਮੈਸੇਜ ਦੇਣਾ ਚਾਹੁੰਨੇ ਇੱਕ ਬਦਲਾ ਦੀ ਗੱਲ ਸੀਗੀ ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਅਸੀਂ ਸਿਸਟਮ ਤੋਂ ਦੁਖੀ ਹਾਂ ਔਰ ਇਹ ਕਲਾ ਪਟਿਆਲਾ ਨਹੀਂ ਇਹ ਪੈਨ ਪੰਜਾਬ ਜਿਸ ਸਿਸਟਮ ਤੋਂ ਦੁਖੀ ਸੀ ਪਰ ਮੰਨਦੇ ਹਾਂ ਕਮਿਟ ਕਰਦੇ ਹਾਂ ਵੀ ਹਾਂ ਦੁਖੀ ਕੀਤਾ ਸਿਸਟਮ ਨੇ ਜਾਂ ਤੁਸੀਂ ਸਾਰਿਆਂ ਨੇ ਰਲ ਕੇ ਦੁਖੀ ਕੀਤਾ ਨਹੀਂ ਨਹੀਂ ਚਲੋ ਮੇਰੀ ਐਂਟਰੀ ਤਾਂ ਬਹੁਤ ਬਾਦੀ ਗੱਲ ਹੈ ਪਰ ਮੈਂ ਇੱਕ ਓਵਰਆਲ ਮੈਂ ਤਾਂ ਬਹੁਤ ਇੱਕ ਜਿਨੂੰ ਕਿਨਾਂ ਸਮਾਲ ਕੌਗ ਇਨ ਦਾ ਵੀਲ ਸਾਡੀ ਤਾਂ ਸ਼ੁਰੂਆਤ ਹੋ ਰਹੀ ਹੈ ਇਹਦੇ ਵਿੱਚ ਫਤਵਾ ਸਾਹਿਬ ਮੰਤਰੀ ਸੀਨਾ ਪੰਸਾਲ ਆ ਉਹਨਾਂ ਨੇ ਡਿਲੀਵਰ ਕੀਤਾ ਅੱਠਵਾਂ ਅੱਠ ਚੋਂ 6 ਵਾਰ ਜਦ ਤੱਕ ਆਏ ਕੋਈ ਤਾਂ ਗੱਲ ਹੋਣੀ ਜੀ 1980 ਚ ਪਹਿਲੀ ਵਾਰ ਓ ਐਮ ਐਲ ਏ ਬਣੇ ਸੀ ਔਰ ਜਦ ਤੱਕ ਆਏ ਸੋ ਕੋਈ ਤਾਂ ਗੱਲ ਹੋਣੀ ਲਾਸਟ ਟਰਮ ਸੀਗੀ ਲਾਸਟ ਟਰਮ ਦੇ ਵਿੱਚ ਕੀ ਕੰਮ ਨਹੀਂ ਹੋਏ ਤੁਹਾਡੇ ਹਲਕੇ ਚ ਜਾਂ ਲੋਕ ਨਰਾਜ਼ ਸੀਗੇ ਤਾਂ ਕਰਕੇ ਨਹੀਂ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਸਟੇਟ ਲੈਵਲ ਨੈਰੇਟਿਵ ਸਿਗਾ ਕਿ ਅਸ ਤਾਂ ਹੀ ਐਡਾ ਵੱਡਾ ਫਤਵਾ ਇਸ ਆਮ ਆਦਮੀ ਪਾਰਟੀ ਨੂੰ ਮਿਲਿਆ ਇੱਕ ਨੈਰੇਟਿਵ ਸਿਗਾ ਕਿ ਅਸੀਂ ਇੱਕ ਵਾਰ ਮੌਕਾ ਇਹਨਾਂ ਨੇ ਨਾਰਾ ਵੀ ਦਿੱਤਾ ਕਿ ਅਸੀਂ ਇੱਕ ਵਾਰ ਮੌਕਾ ਦੇ ਦੋ ਔਰ ਲੋਕਾਂ ਨੇ ਦਿੱਤਾ ਹਮ ਹਮ ਆ ਕੇ ਔਰ ਕੁਝ ਗਲਤ ਨਹੀਂ ਹੈ ਮੈਨੂੰ ਨਹੀਂ ਕਹਿ ਰਹੇ ਕੁਝ ਗਲਤ ਹੋ ਗਿਆ ਬੜਾ ਜ਼ਰੂਰੀ ਸੀ ਕਿ ਆਪਣਾ ਜਿਹੜਾ ਜਾਂ ਐਂਗਰ ਜਾਂ ਕਿਸੇ ਚ ਉਮੀਦ ਜੇ ਕੋਈ ਵਿਅਕਤ ਹੁੰਦੀ ਹੈ ਉਹ ਬਹੁਤ ਚੰਗੀ ਗੱਲ ਹੈ ਮੈਂ ਤਾਂ ਚਾਹਣਾ ਐਕਸਪੈਰੀਮੈਂਟ ਹੋਣੀ ਚਾਹੀਦੀ ਪੋਲਿਟਿਕਸ ਦੇ ਵਿੱਚ ਸੋ ਖਰਾ ਉੱਤਰ ਨਾ ਸਰਕਾਰਾਂ ਦਾ ਕੰਮ ਹੈ ਹੁਣ ਇਹ ਖਰੇ ਉੱਤਰ ਦੇ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਮੈਂ ਹਜੇ ਅੱਜ ਵੀ ਕਮੈਂਟ ਨਹੀਂ ਕਰਦਾ ਕਿਉਂਕਿ ਬੜਾ ਵੱਡਾ ਫਤਵਾ ਹੈ ਯਾਰ 92 ਸੀਟਾਂ ਜਿੰਨੀਆਂ ਬਹੁਤ ਵੱਡੀ ਗੱਲ ਹੈ ਕ੍ਰਿਕਟ ਖੇਡਦੇ ਹੁਣ ਹੁਣ ਸ਼ੌਕੀਆ ਔਰ ਬਹੁਤ ਕੱਟ ਕਦੋਂ ਕਦੋਂ ਕਿਹੜੇ ਵੇਲੇ ਖੇਡਦੇ ਜਿਵੇਂ ਉਹ ਕਹਿੰਦੇ ਨਾ ਵੀ ਬੈਡ ਬ੍ਰੇਕਅਪ ਜਿਵੇਂ ਹੁੰਦਾ ਉਹ ਇੱਕ ਬੈਡ ਬ੍ਰੇਕਅਪ ਹੈ ਜਦੋਂ ਫੈਸਲਾ ਲੈ ਲਿਆ ਸਿਕਾ ਵੀ ਹੁਣ ਟਾਈਮ ਆ ਗਿਆ ਕਿ ਹੁਣ ਛੱਡ ਦਈਏ ਉਸ ਦਿਨ ਤੋਂ ਬਾਅਦ ਅੱਜ ਤੱਕ ਜਿਹੜੇ ਟੂਰਨਾਮੈਂਟਸ ਨੌਜਵਾਨ ਸਾਥੀ ਪਿੰਡਾਂ ਜਿਹੜੇ ਟੂਰਨਾ ਉਹਨਾਂ ਚ ਬੈਟ ਫੜਦਾ ਅਦਰਵਾਈਜ਼ ਜਿਹਨੂੰ ਕਹਿੰਦੇ ਨਾ ਵੀ ਉਹ ਯਾਦਾਂ ਪੁਰਾਣੀਆਂ ਆਉਂਦੀਆਂ ਨੇ ਕਿਉਂਕਿ ਇਮੋਸ਼ਨਲ ਬੌਂਡਿੰਗ ਹੋ ਜਾਂਦੀ ਹੈ ਸਪੋਰਟਸ ਸਵੇਰੇ 5 ਵਜੇ ਉੱਠਣਾ ਫੀਲਡ ਤੇ ਰਹਿਣਾ ਮਤਲਬ 24 ਘੰਟਿਆਂ ਚੋਂ 12 ਤੋਂ 13 ਘੰਟੇ ਫੀਲਡ ਤੇ ਰਹਿਣਾ ਔਰ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਜਿਵੇਂ ਇੱਕ ਕੋਕਾ ਕੋਲਾ ਦੀ ਐਡ ਆਈ ਸੀ ਏਟ ਕ੍ਰਿਕਟ ਸਲੀਪ ਕ੍ਰਿਕਟ ਆ ਨਾ ਐਡ ਆਈ ਸੀ ਸੋ ਉਹੀ ਇੱਕ ਕਮ ਸੀਗਾ ਸੋ ਪਰ ਜਿੰਨ ਕੇ ਨਾ ਬੈਡ ਬ੍ਰੇਕਅਪ ਉਹ ਬੈਡ ਇੱਕ ਬ੍ਰੇਕਅਪ ਹੈ ਹੁਣ ਜੇ ਖੇਡਾਂਗੇ ਤਾਂ ਉਹ ਯਾਦਾਂ ਸਹੀ ਤਾਜ਼ਾ ਹੁੰਦੀਆਂ ਕਦੇ ਮਤਲਬ ਜਿਵੇਂ ਤੁਸੀਂ ਕਿਹਾ ਟੂਰਨਾਮੈਂਟ ਤੇ ਹਨਾ ਜਾ ਕੇ ਬੈਟ ਫੜਦੇ ਹਾਂ ਉਹ ਬੰਦ ਨੂੰ ਐ ਤਾਂ ਲੱਗਦਾ ਹੁੰਦਾ ਨਾ ਵੀ ਹਾਂ ਯਾਦ ਤਾਂ ਆਉਂਦਾ ਹੁੰਦਾ ਨਾ ਮੂਵਮੈਂਟਸ ਯਾਦ ਆਉਂਦਾ ਬਿਲਕੁਲ ਯਾਦ ਆਉਂਦਾ ਉਹ ਬੈਟ ਫੜਨਾ ਉਹਦੀ ਗ੍ਰਿਪ ਕਿਵੇਂ ਹੈਂਡ ਆਈ ਕੋਆਰਡੀਨੇਸ਼ਨ ਫੀਟ ਮੂਵਮੈਂਟ ਕਿਤੇ ਉਹ ਕੰਮ ਫਿਰ ਧਿਆਨ ਚ ਆਉਂਦਾ ਵੀ ਕਈ ਸਾਲ ਹੋ ਗਏ ਪ੍ਰੈਕਟਿਸ ਨਹੀਂ ਕੀਤੀ ਸੋ ਮੈਂ 올 ਰੌਂਡਰ ਸੀਗਾ ਬੇਸਿਕਲੀ ਸੋ ਉਹ ਜ਼ਿਆਦਾ ਮੈਨ ਤੋਂ ਜ਼ਿਆਦਾ ਲੱਗਦੀ ਹੈ ਸੋ ਕਪਤਾਨੀ ਕੀਤੀ ਪੰਜਾਬ ਦੀ ਦੋ ਵਾਰ ਕੈਪਟਨਸੀ ਕੀਤੀ ਪੋਲੀਓਮਰਿਗਰ ਟਰਾਫੀ ਮੇਰੀ ਕਪਤਾਨੀ ਚ ਅਸੀਂ ਜਿੱਤ ਕੇ ਲੈ ਕੇ ਆਏ ਪੰਜਾਬ ਦੇ ਸਾਡੇ ਸਾਡੀ ਅੰਡਰ 15 ਜਿਆਨ ਨੂੰ ਜੀ ਨਹੀਂ ਕੀਤਾ ਜਾਂ ਘਰਦਿਆਂ ਨੇ ਰੋਕਤਾ ਵੀ ਹਾਂ ਵੀ ਇਧਰ ਰਾਜਨੀਤੀ ਚ ਕੰਮ ਕਰਨਾ ਨਹੀਂ ਨਹੀਂ ਘਰਦਿਆਂ ਵੱਲੋਂ ਬੜੀ ਖੁੱਲ ਰਹੀ ਹੈ ਸਾਨੂੰ ਦੋਨਾਂ ਭਰਾਵਾਂ ਨੂੰ ਪੂਰੀ ਖੁੱਲ ਰਹੀ ਹੈ ਉਹਨਾਂ ਨੇ ਕਦੇ ਐ ਨਹੀਂ ਕਿਹਾ ਵੀ ਰਾਜਨੀਤੀ ਕਰੋ ਰਾਜਨੀਤੀ ਵਾਲੀ ਗੱਲ ਤਾਂ ਬਹੁਤ ਬਾਤ ਚਾਹੀ ਹਾਂ ਪੋਲੀਟੀਕਲ ਸਾਇੰਸ ਲਾਅ ਵਜੇ ਮੰਨੀ ਸੀ ਕਿ ਉਧਰ ਜਾਣ ਦਾ ਨਹੀਂ ਮੈਂ 22-23 ਸਾਲ ਦੀ ਉਮਰ ਤੱਕ ਖੇਡਿਆ ਪ੍ਰੋਫੈਸ਼ਨਲੀ ਔਰ ਉਦੋਂ ਆਈਪੀਐਲ ਦਿੱਲੀ ਡੇ ਡੇਵਲਜ਼ ਵਾਲੀ ਟੀਮ ਰਾਂਜੀ ਟਰਾਫੀ ਦੇ ਪ੍ਰੋਬੇਬਲ ਕੂਚ ਬਿਹਾਰ ਟਰਾਫੀ ਸਾਰੇ ਉਦੋਂ ਮੈਂ ਖੇਡ ਰਿਹਾ ਸੀ ਪਰ ਜ਼ਿੰਦਗੀ ਦੇ ਜੋ 12-13 ਸਾਲ ਫਾਰਮੇਟਿਵ ইয়ারਸ ਜਿਹੜੇ ਹੁੰਦੇ ਨੇ ਤੁਸੀਂ ਇੱਕ ਚੀਜ਼ ਨੂੰ ਦੇ ਦੋ ਪਰ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ 6-8 ਸਾਲ ਦਾ ਹੁਣ ਕੈਰੀਅਰ ਰਹਿ ਗਿਆ ਫਿਰ ਮੈਂ ਸੋਚਿਆ ਕਿ ਇਟ ਇਜ਼ ਬੈਟਰ ਕਿ ਮੈਂ ਆਪਣਾ ਧਿਆਨ ਸਪੋਰਟਸ ਵੱਲੋਂ ਹੁਣ ਮੈਂ ਲਾਅ ਵੱਲ ਲੈ ਕੇ ਆਵਾਂ ਫਿਰ ਮੈਂ ਹਾਂ ਬਿਲਕੁਲ ਬਿਲਕੁਲ ਪੇਸ਼ੇ ਤੋਂ ਵਕੀਲ ਹੈ ਜੀ ਜੀ ਸੋ ਮੇਰੇ ਕੋਈ ਮੈਂ ਦੱਸਿਆ ਵੀ ਕਿਉਂਕਿ ਲਾਅ ਤੇ ਪੋਲਿਟਿਕਸ ਇੱਕ ਪੋਲਿਟੀਕਲ ਬੰਦੇ ਦਾ ਕੰਮ ਲਾਅ ਮੇਕਿੰਗ ਦਾ ਹੈ ਹੈਨਾ ਉਹ ਲਾਅ ਮੇਕਰ ਹੈ ਸੋ ਸਭ ਤੋਂ ਜ਼ਰੂਰੀ ਇੱਕ ਲਾਅ ਮੇਕਰ ਵਾਸਤੇ ਲਾਅ ਪੜ੍ਹਨਾ ਵੀ ਹੈ ਬਿਲਕੁਲ ਸੋ ਇਹ ਗੱਲ ਉਹ ਬੈਂਟ ਆਫ ਮਾਈਂਡ ਉਧਰ ਸੀ ਇਹ ਪਤਾ ਸੀਗਾ ਇਹ ਪਤਾ ਸੀਗਾ ਕਿ ਮੈਥਸ ਨਹੀਂ ਹੋਣੀ ਸਾਇੰਸ ਨਹੀਂ ਹੋਣੀ ਫਿਜ਼ਿਕਸ ਨਹੀਂ ਹੋਣੀ ਸੋ ਇ ਕ ਇਲੀਮੀਨੇਟ ਕਰਕੇ ਫਿਰ ਇਧਰ ਵਾਲੇ ਪਾਸੇ ਤੋਂ ਜ਼ਿਆਦਾਤਰ ਪੋਲੀਟੀਸ਼ੀਨਾਂ ਦੇ ਜਵਾਕ ਲੌ ਕਰ दिए ਮੈਨੂੰ ਇਸ ਗੱਲ ਦਾ ਨਹੀਂ ਪਤਾ ਮੈਨੂੰ ਇਸ ਗੱਲ ਦਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ 10 12 ਗਣਾ ਵੀ ਦਿੰਨਾ ਮੈਂ ਨਹੀਂ ਉਹਨਾਂ ਦੇ ਆਪ ਦੇ ਕਾਰਨ ਹੋ ਸਕਦੇ ਸਾਡੇ ਆਪ ਦੇ ਕਾਰਨ ਆ ਉਹ ਗੱਲ ਹੈ ਉਹਨ ਸਾਨੂੰ ਉਸ ਬੱਕਟ ਵਿੱਚ ਕਰ ਦਿੱਤਾ ਜਾਂਦਾ ਕਿ ਪੋਲੀਟੀਕਲ ਜੇ ਕੋ ਚੰਗਾ ਵੀ ਕਰੀਏ ਉਹ ਪੇਂਟ ਹੋ ਜਾਂਦਾ ਯਾਰ ਇਹ ਤਾਂ ਉਹਨਾਂ ਦਾ ਸੋ ਇੱਕ ਸਾਡੀ ਮੈਂ ਸਮਝਦਾ ਇਹ ਬਦਕਿਸਮਤੀ ਕਹਿ ਲੋ ਕਿ ਵੀ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਹੈ ਉਹ ਪੇਂਟ ਕਰ ਦਿੱਤਾ ਜਾਂਦਾ ਸੋ ਬੜਾ ਆਨ ਨਾਲ ਸਾਰਾ ਕੁਝ ਕਰਨਾ ਪੈਂਦਾ ਸਕਰੂਟੀ ਜਿਆਦਾ ਹੁੰਦੀ ਹੈ ਔਰ ਸੁਣਵਾਈ ਕਿਤੇ ਵੀ ਨਹੀਂ ਹੁੰਦੀ ਕੋਈ ਨਾ ਤੁਸੀਂ ਇੱਥੇ ਖੁੱਲ ਕੇ ਗੱਲਾਂ ਵਿਚਾਰਾ ਰੱਖ ਸਕਦੇ ਹੋ ਸਾਰੀਆਂ ਸੁਣਵਾਈਆਂ ਵੀ ਹੋ ਜਾਣਗੀਆਂ ਲੋਕ ਦੇਖ ਰਹੇ ਆ ਤੁਹਾਡੇ ਹਲਕੇ ਦੇ ਵੀ ਦੇਖ ਰਹੇ ਹੁਣ ਜੀ ਜੀ ਜਿਵੇਂ ক্রিকেট ਦੀ ਆਪਾਂ ਗੱਲ ਕਰ ਰਹੇ ਸੀ ਹਨ ਤੁਸੀਂ ਤਲਵਾਰਬਾਜ਼ੀ ਵੀ ਕਰਦੇ ਰਹੇ ਹੋ ਨਹੀਂ ਤਲਵਾਰਬਾਜ਼ੀ ਨਹੀਂ ਕੀਤੀ ਤਲਵਾਰਬਾਜ਼ੀ ਨਹੀਂ ਕੀਤੀ ਓਕੇ एसोसिएशन दे ਤੁਸੀਂ ਬਿਲਕੁਲ ਓ ਕਿਉਂਕਿ ਤਾਂ ਤਾਂ ਆਪੋ ਚੇ ਐਡਮਿਨਿਸਟ੍ਰੇਟਿਵ ਜਿਹੜਾ ਹੈਗਾ ਜਿਹੜਾ ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਉਹ ਸਪੋਰਟਸ ਦੇ ਬੈਕਗ੍ਰਾਉਂਡ ਤੋਂ ਐਡਮਿਨਿਸਟ੍ਰੇਟਿਵ ਜਿਹੜਾ ਹੈਗਾ ਉਹ ਚੱਕ ਲੈਂਦੇ ਹੁੰਦੇ ਜੀ 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 ਉਹ ਤਾਂ ਮੈਂ ਪੜ ਰਿਹਾ ਸੀਗਾ ਮੈਨੂੰ ਐ ਗੈਸਟ ਬੈਠਾ ਹੁੰਦਾ ਨਾ ਸਾਰਾ ਪੜ ਕੇ ਹੀ ਬੈਨਾ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਇੱਕ ਸਪੋਰਟਸਮੈਨ ਦੇ ਅੰਦਰ ਦਾ ਸਪੋਰਟਸਮੈਨ ਕਰਦੇ ਤੁਸੀਂ ਮਾਰ ਨਹੀਂ ਸਕਦੇ ਜੋ ਜਿਸ ਰੂਪ ਵਿੱਚ ਅਸੀਂ ਵਾਪਸ ਸਪੋਰਟਸ ਨੂੰ ਕੁਝ ਦੇ ਸਕਦੇ ਹਾਂ ਕੁਝ ਕੰਸਟਰਕਟਿਵ ਗੱਲ ਕਰ ਸਕਦੇ ਹਾਂ ਜਦੋਂ ਸਰਕਾਰ ਸਗੀ ਮੈਂ ਸਮਝਦਾ ਚਾਰ ਤੋਂ ਪੰਜ ਸਟੇਡੀਅਮਸ ਵੱਡੇ ਅਪਰੂਵ ਕਰਵਾਏ ਔਰ ਖੇਡਾਂ ਵਾਲ ਜਿੰਨੇ ਯੂਥ ਕਲੱਬ ਸਗੇ ਉਹਨਾਂ ਦਾ ਧਿਆਨ ਖੇਡਾਂ ਵੱਲ ਆਇਆ ਸੋ ਇੱਕ ਮਨੁਸ਼ੌਕ ਹੈ ਕਿ ਨੌਜਵਾਨ ਖੇਡਾਂ ਵੱਲ ਲੱਗਣ ਉਹਨਾਂ ਦੀ ਜਿਹੜੀ એનર્ਜੀ ਹੈ ਉਹਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਯੂਥ ਕੌਂਗਰੈਸ ਕੀ ਕਰ ਰਹੀ ਹੈ ਸਪੋਰਟਸ ਲਈ ਦੇਖੋ ਬੇਸਿਕਲੀ ਸਾਡੇ ਕਈ ਕੰਮ ਨੇ ਅਸੀਂ ਇੱਕ ਪੋਲਿਟਿਕਲ ਆਰਗੇਨਾਈਜੇਸ਼ਨ ਨਹੀਂ ਹੈ ਅਸੀਂ ਇੱਕ ਸਾਡੂੰ ਇੱਕ ਮ ਜਿਹਨੂੰ ਕਹਿੰਦੇ ਨੇ ਨਾ ਡਿਸਕਾਊਂਟ ਦੇ ਤਰ੍ਹਾਂ ਸੀ ਸੋਸ਼ਲ ਆਰਗੇਨਾਈਜੇਸ਼ਨ ਵੀ ਹੈ ਔਰ ਸਪੋਰਟਸ ਵਾਸਤੇ ਹੁਣ ਐਸੀ ਬਹੁਤ ਛੇਤੀ ਹੁਣ ਜਿਹਨੂੰ ਕਹਿੰਦੇ ਨਾ ਮੈਰਾਥਨ ਕਰੋਂਦੀ ਜਾਂ ਅਵੇਅਰਨੈਸ ਯੂਥ ਕੌਂਗਰਸ ਇੱਕ ਅਵੇਅਰਨੈਸ ਦਾ ਕਿਉਂਕਿ ਸਾਡੇ ਤੇ ਫਿਰ ਪੋਲਿਟੀਕਲ ਸਾਈਡ ਆਫ ਦ ਥਿੰਗਸ ਆ ਰੰਦੀ ਹੈ ਸੋ ਉਹ ਕੰਮ ਜਿਹੜਾ ਹੈ ਪਰਸਨਲ ਲੈਵਲ ਤੇ ਜਿਆਦਾ ਹੁੰਦਾ ਹੈ ਔਰ ਜਥੇ ਬੰਦਕ ਤੌਰ ਤੇ ਐਸੀ ਸਿਰਫ ਪ੍ਰਮੋਟ ਕਰ ਸਕਦੇ ਹਾਂ ਗੱਲਬਾਤ ਆਪਣੀ ਕਰ ਸਕਦੇ ਹਾਂ ਯੂਨੀਵਰਸਿਟੀ ਚ ਚੋਣ ਹੋਈ ਹੈ ਨਾ ਸਟੂਡੈਂਟ ਕੌਂਸਲ ਜੀ ਮਤਲਬ ਸਾਬका ਪ੍ਰਧਾਨ ਬਰਿੰਦਰ ਹੁਰੀ ਐਕਟਿਵ ਨਜ਼ਰ ਆਏ ਜਾਂ ਹੋਰ ਕਾਂਗਰਸ ਦੇ ਕਈ ਕਨਈਆ ਕੁਮਾਰ ਇਥੇ ਐਕਟਿਵ ਨਜ਼ਰ ਆਏ ਜੀ ਮੂਵੀ ਤਾਂ ਨਹੀਂ ਆਈ ਕੀ ਕਾਰਨ ਸਭ ਤੋਂ ਪਹਿਲਾਂ ਜਦੋਂ ਚੋਣ ਜਿੱਤੇ ਮੈਂ ਵਧਾਈਆਂ ਦਿੱਤੀਆਂ ਸਭ ਤੋਂ ਪਹਿਲਾਂ ਔਰ ਜਿੰਦਨ ਜੋ ਚੋਣ ਹੋ ਰਹੀ ਸੀਗੀ ਤੇ ਮੈਂ ਦਰਬਾਰ ਸਾਹਿਬ ਮੱਥਾ ਟੇਕ ਰਿਆ ਸੀ ਉਦੋਂ ਵੀ ਅਰਦਾਸ ਕੀਤੀ ਵੀ ਅੱਜ ਜਿਹੜਾ ਨਤੀਜਾ ਹੈ ਸਾਡੇ ਪੱਖ ਚਾਵੇ ਕਨਈਆ ਕੁਮਾਰ ਜੀ ਐਨਐਸਓਈ ਦੇ ਇੰਚਾਰਜ ਹੈ ਔਰ NSCVI ਨੇ ਬੜਾ ਬੜਾ ਸਟ੍ਰਿਕਟਲੀ ਕਿਹਾ ਸੀ ਕਿ ਅਸੀਂ ਪੋਲਿਟੀਕਲ ਇੰਟਰਫੀਰੈਂਸ ਯੂ نو ਸਟੇ ਵਿੱਚ ਨਹੀਂ ਚਾਹੁੰਦੇ ਔਰ ਮੇਰਾ ਡੋਮੇਨ ਯੂਥ ਕਾਂਗਰਸ ਦਾ ਓ ਡੋਮੇਨ NSCVI ਦਾ ਸੋ ਅਸੀਂ ਪਿਛੋਂ ਜੋ ਅਰਦਾਸ ਜਾਂ ਸਪੋਰਟ ਕਰ ਸਕਦੇ ਸੀ ਅਸੀਂ ਉਹ ਉਹ ਆਪਣੇ ਕੀਤੀ ਤਾਂ ਹੀ ਤੁਸੀਂ ਦੇਖਿਆ ਵੀ ਸਾਡੀ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਉਹਨਾਂ ਦੀ ਖਬਰਾਂ ਆਉਂਦੀਆਂ ਸੀ ਕਿ ਕਈ ਕੈਫਿਆਂ 'ਚ ਬਹਿ ਕੇ ਉਹ ਜਿਹਨੂੰ ਕਹਿੰਦੇ ਹੋ ਯੂਨੀਵਰਸਿਟੀ ਦੇ ਇਲੈਕਸ਼ਨ ਉੱਪਰ ਪ੍ਰਭਾਵਿਤ ਕਰਨ ਦੀ ਗੱਲ ਹੋ ਰਹੀ ਸੀ ਪਰ ਜੁਆਇਨਿੰਗਸ ਤਾਂ ਹਨਾ ਅਜੀਵ ਗਾਂਧੀ ਭਵਨ 'ਚ ਹੋਈਆਂ ਗਿਆ ਜਾਂ ਬਰਿੰਦਰ ਹੁਰੀ ਐਕਟਿਵ ਤਾਂ ਸੀਗੇ ਪਿੱਛੋਂ ਮਤਲਬ ਤੁਸੀਂ ਕਿਉਂ ਨਹੀਂ ਐਕਟਿਵ ਸੀ ਜਾਂ ਉਸ ਤਰੀਕੇ ਨਹੀਂ ਬਿਲਕੁਲ ਐਕਟਿਵ ਸੀਗੇ ਜਿੱਦਨ 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 ਜੁਆਇਨਿੰਗਸ ਹੋਈਆਂ ਹਨ ਉਹ ਕਿਉਂਕਿ ਕਾਂਗਰਸ ਭਵਨ 'ਚ ਐਨਐਸਓ ਦਾ ਦਫ਼ਤਰ ਹੈ ਉਹ ਅਜੀਵ ਗਾਂਧੀ ਭਵਨ 'ਚ ਰਾਜੀਵ ਗਾਂਧੀ ਭਵਨ 'ਚ ਹੋਈਆਂ ਜੁਆਇਨਿੰਗਸ ਆਹ ਗੱਲ ਇਹ ਹੈ ਕਿ ਵੀ ਬਰਿੰਦਰ ਢਿਲੋਂ ਜੀ ਦਾ ਇੱਕ ਬੈਕਗ ਔਰ ਯੂਨੀਵਰਸਿਟੀ ਵਜ੍ਹਾ ਰੇ ਉਹਨਾਂ ਦੇ ਇੱਕ इमोशनल ਕਾਰਡ ਹੋਵੇ ਹੋ ਸਕਦਾ ਹੈ ਪਰ ਮੈਂ ਸਮਝਦਾ ਇਹ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਸਟੂਡੈਂਟਸ ਇਲੈਕਸ਼ਨ ਹੈ ਇਹਦੇ ਵਿੱਚ ਪੋਲਿਟਿਕਲ ਇਨਫਰੈਂਸ ਉਹ ਵੀ ਗ੍ਰੈਜੂਏਟ ਹੋਗੇ ਉਹ ਜਿਵੇਂ ਮੈਂ ਕਿਹਾ ਵੀ ਮਿਰਚੋਂ ਸਪੋਰਟਸਮੈਨਸ਼ਿਪ ਨਹੀਂ ਜਾਂਦੀ ਉਹਨਾਂ ਚ ਯੂਨੀਵਰਸਿਟੀ ਨਹੀਂ ਜਾ ਰਹੀ ਸੋ ਫਰਕ ਪੈਂਦਾ ਸਕੂਲਿੰਗ ਕਿਥੇ ਹੋਈ ਥੋੜੀ ਮੈਂ 10ਵੀਂ ਤੱਕ ਪਟਿਆਲੇ ਸੈਡਰਿਕ ਸਕੂਲ ਹੈ ਬ੍ਰਿਟਿਸ਼ ਕੋਡ ਉੱਥੇ ਪੜ੍ਹੇ ਔਰ 2 ਸਾਲ ਮੇਰੇ ਬੀਪੀਐਸ ਵਿੱਚ ਕਿਉਂਕਿ ਉਹ ਸਕੂਲ 10ਵੀਂ ਤੱਕ ਸੀਗਾ ਔਰ YPS ਵਿੱਚ ਥੋੜਾ ਖੇਡਾਂ ਨੂੰ ਜ਼ਿਆਦਾ ਮੰਨਿਆ ਜਾਂਦਾ ਸੀ ਜਿਹੜਾ ਬ੍ਰਿਟਿਸ਼ ਕੋਇਡ ਸੀ ਹਾਲਾਂਕਿ ਉਹਨਾਂ ਨੇ ਮੈਨੂੰ ਬਹੁਤ ਐਗਜ਼ੈਂਪਸ਼ਨਸ ਦਿੰਦੇ ਸੀ ਵੀ ਸਵੇਰੇ ਆਪਣੀ ਟ੍ਰੇਨਿੰਗ ਕਰਕੇ ਆਉ ਦੋ ਪੀਰੀਅਡ ਕੋਈ ਗੱਲ ਨਹੀਂ ਬਾਅਦ ਤੁਸੀਂ ਐਕਸਟਰਾ ਕਲਾਸਿਸ ਲਾ ਕੇ ਪੂਰੇ ਕਰਿਓ ਸੋ ਉਹ ਬੜਾ ਅੱਛਾ ਦੋਸੀ YPS ਪਟਿਆਲਾ ਤੇ ਉਸ ਤੋਂ ਪਹਿਲਾਂ ਬ੍ਰਿਟਿਸ਼ ਕੋਇਡ ਜਿਹੜਾ ਇੱਕ ਸਕੂਲ ਹੈਗਾ ਜਿਹੜਾ ਮੈਂ ਦੱਸਿਆ ਵੀ 10ਵੀਂ ਤੱਕ ਸੀਗਾ ਉਹਦਾ ਬਹੁਤਾ ਕਿਸੇ ਨੂੰ ਮੈਨੂੰ ਪਤਾ ਨਹੀਂ ਸੀ ਪਰ ਇੱਕ بڑا ਮਤਲਬ ਦੇਤੇ ਪੜਾਈ ਯਰ ਸਟ੍ਰਿਕਟਨੈਸ ਬਹੁਤ ਸੀਗੀ ਸੋ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮੇਰੇ ਪੇਰੈਂਟਸ ਨੇ ਇਹ ਜਹਾ ਸਕੂਲ ਚੁਣਿਆ ਜਿੱਥੇ ਵੀ ਟੀਚਰ ਸਟ੍ਰਿਕਟ ਹੋਣ ਸੋ ਉਹ ਅਪ ਬਰਿੰਗ ਹੋਈ ਪੰਚਾਇਤੀ ਇਲੈਕਸ਼ਨਸ ਆ ਰਹੀਆਂ ਤਿਆਰੀਆਂ ਉਹਦੇ ਲਈ ਬਿਲਕੁਲ ਤਿਆਰੀ ਹੈ ਐਬਸੋਲੂਟਲੀ ਹਾਲਾਂਕਿ ਸਿੰਬਲ ਤੇ ਨਹੀਂ ਹੁੰਦੀਆਂ ਅਗੇਨ ਉਹ ਹੀ ਵਾਲੀ ਗੱਲ ਹੈ ਕਿਉਂਕਿ ਇਹ ਪੰਚਾਇਤ ਸਾਡੀ ਮੂਡਲਾ ਸਤਾਰ ਹੈ ਸਾਡੀ ਡੈਮੋਕ੍ਰੇਸੀ ਦਾ ਔਰ ਉੱਥੇ ਅਗੇਨ ਕੋਈ ਰੀਜ਼ਨ ਹੈ ਕਿ ਉਥੇ ਸਿੰਬਲ ਨਹੀਂ ਹੈ ਪਿੰਡਾਂ ਦੇ ਲੋਕਾਂ ਦਾ ਆਪ ਦਾ ਫੈਸਲਾ ਹੋਣਾ ਚਾਹੀਦਾ ਕਿ ਕਿਹੜੇ ਵਿਅਕਤੀ ਨੂੰ ਅੱਗੇ ਕਰਨਾ ਹੈ ਉਥੇ ਪਾਰਟੀ ਨਹੀਂ ਕਿਹੜਾ ਵਿਅਕਤੀ ਅੱਗੇ ਆਵੇ ਇਹ ਸਾਡੇ ਪਿੰਡਾਂ ਚ ਲੋਕ ਫੈਸਲਾ ਕਰਦੇ ਸੋ ਬਿਲਕੁਲ ਜਿਹੜੇ ਚੰਗੇ ਲੋਕ ਹੈ ਉਹਨਾਂ ਨੂੰ ਸਪੋਰਟ ਹੈ ਉਹਨਾਂ ਵਾਸਤੇ ਵੋਟ ਵੀ ਮੰਗੀ ਜਾਊਗੀ ਪਰ ਜ਼ਿਆਦਾਤਰ ਫੈਸਲਾ ਇਸ ਨਗਰ ਦੇ ਉਸ ਪਿੰਡ ਦੇ ਲੋਕਾਂ ਦਾ ਹੈ ਤੁਹਾਡੇ ਸਰਪੰਚ ਵਾਪਸ ਨਾਰਾਜ਼ ਆ ਤੁਹਾਡੇ ਤੋਂ ਕਈ ਨਹੀਂ ਗੱਲ ਸ਼ਿਕਾਇਤਾਂ ਸ਼ਿਕੁਤਾਂ ਵੀ ਗਈਆਂ ਗਈਆਂ। ਕਿੱਥੇ? ਹਾਂ ਜੀ ਕੁਲੇ ਵੀ ਤੇ ਥੋਟੇ ਅਮਰਿੰਦਰ ਸਿੰਘ ਰਾਜਾ ਬਣੇ ਕੋਲ ਵੀ ਗਈਆਂ ਨੇ, ਭਾਰਤ ਕੁਸ਼ਨਾ ਸ਼ੁਕਲੇ ਵੀ ਗਈਆਂ ਨੇ। ਨਹੀਂ ਦੇਖੋ ਕਵੀ ਪ੍ਰੋਮੀ ਹੁਰੀ ਹੋ ਗਏ, ਜਵਰਾਜ ਹੋ ਗਿਆ, ਜਸਵਾਲ ਹੋਰ ਹੋ ਗਏ। ਇਹ ਸਾਰੇ ਨਾਰਾਜ਼ ਨਹੀਂ ਥੋਟੇ। ਨਹੀਂ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਵੀ ਕੋਈ ਨਾਰਾਜ਼ਗੀ ਵੀ ਨਹੀਂ ਹੈ। ਜਿਹੜਾ ਪਾਰਟੀ ਪਾਰਟੀ ਹੈਗਾ ਦੇਖੋ ਸਾਡੀ ਡੈਮੋਕ੍ਰੈਟਿਕ ਪਾਰਟੀ ਹੈ। ਹਰ ਇੱਕ ਵਿਅਕਤੀ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ। ਔਰ ਜੇ ਡੈਮੋਕ੍ਰੈਟਿਕ ਪਾਰਟੀ ਨਾ ਹੁੰਦੀ ਇਹ ਜੇ ਕਹਤਾ ਕੋਈ ਗਈਆਂ ਮੈਨੂੰ ਪਤਾ ਨਹੀਂ ਜੀ ਗਈ ਹੈ। ਜੇ ਗਈਆਂ ਵੀ ਨੇ ਉਹ ਇੰਪੋਰਟੈਂਟ ਹੈ ਕਿ ਪਾਰਟੀ ਪ੍ਰਧਾਨ ਤੱਕ ਲੈ ਕੇ ਜਾਓ ਜੇ ਮੇਰੇ ਇਸ ਕੋਈ ਕਮੀ ਹੈ ਬਿਲਕੁਲ ਮੈਂ ਦੂਰ ਕਰਨੀ ਚਾਹੂੰਗਾ ਜੇ ਮੇਰੇ ਖਿਲਾਫ ਗਈਆਂ ਨੇ ਠੀਕ ਹੈ ਨਾ ਸੋ ਬਿਲਕੁਲ ਦੂਰ ਕਰਨੀ ਔਰ ਕਈ ਸਾਥੀ ਨੇ ਜਿਹੜੇ ਨਾਲ ਵੀ ਨੇ ਅਸੀਂ ਭਾਰਤ ਜੋੜੋ ਯਾਤਰਾ ਚਲਾਈ ਹੋਰ ਕੈਂਪੇਨਸ ਹੋਰ ਪ੍ਰੋਟੈਸਟ ਬਾਅਦ ਚੜ ਕੇ ਪਟਿਆਲਾ ਰੂਰਲ ਦੇ ਜਿਹੜੇ ਸਾਡੇ ਲੀਡਰ ਸਹਿਬਾਨ ਨੇ ਅੱਗੇ ਹੋ ਕੇ ਸਭ ਨੇ ਬਹੁਤ ਸੋਹਣਾ ਪਰਫਾਰਮ ਕੀਤਾ 1.5 ਸਾਲ ਇਸ ਔਕੇ ਸਮੇਂ ਚ ਉਹਨਾਂ ਨੇ ਝੰਡਾ ਚੱਕਿਆ ਪਾਰਟੀ ਦਾ ਝੰਡਾ ਚੱਕਿਆ ਸੋ ਮੈਨੂੰ ਇਹ ਡੈਮੋਕਰੈਟਿਕ ਸਿਸਟਮ ਹੈ ਜੀ ਆਪਾਂ ਦੇਖਣਾ ਚਾਹੀਦਾ ਔਰ ਮੈਂ ਫਿਰ ਯਾ ਇੱਕ ਪਾਸੇ ਆਪਾਂ ਕਹਿ ਰਹੀ ਵੀ ਮੰਤਰੀ ਦਾ ਮੁੰਡਾ ਯਾ ਉਹ ਗੱਲ ਨੂੰ ਛੱਡ ਦਈਏ ਆ ਤਾਂ ਯਾ ਆਪਾਂ ਕਹਿ ਰਹੀ ਵੀ ਹਾਂ ਡੈਮੋਕਰੈਟਿਕ ਸਿਸਟਮ ਹੈ ਜਿੱਥੇ ਸ਼ਿਕਾਇਤ ਹੁੰਦੀ ਹੈ ਯਾ ਐਡਰੈਸ ਕਰਨ ਦੀ ਗੱਲ ਆਉਂਦੀ ਹੈ ਬਲਾਕ ਸੰਪਤੀ ਦੇ ਵਾਈਸ ਚੇਅਰਮੈਨ ਯਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਈ ਜਿਹੜੇ ਭਾਰਤਪੂਰਨਾ ਸ਼ੁਕੋਲੇ ਗਏ ਸ਼ਿਕਾਇਤ ਗਈਆ ਤੁਹਾਡੀ ਕਿ 모हित ਫੋਨ ਨਹੀਂ ਚੱਕਦੇ ਇਸ ਬਾਰੇ 모हित ਫੋਨ ਨਹੀਂ ਚੱਕਦੇ ਇਸ ਬਾਰੇ ਮੈਨੂੰ ਵੀ ਨਹੀਂ ਪਤਾ ਇਹ ਮੈਨੂੰ ਥੋੜੇ ਤੋਂ ਪਤਾ ਲੱਗ ਰਿਹਾ ਹੈ ਔਰ ਆਸ਼ੂ ਜੀ ਨੇ ਸਾਡੇ ਸਤਕਾਰਯੋਗ ਵਰਕਿੰਗ ਪ੍ਰੈਜ਼ੀਡੈਂਟ ਹੈ ਇਸ ਗੱਲ ਤੇ ਆਸ਼ੂ ਜੀ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਹੁੰਦੀ ਤਾਂ ਜ਼ਰੂਰ ਇਸ ਗੱਲ ਨੂੰ ਐਡਰੈਸ ਕਰਦੇ ਫੋਨ ਫੋਨ ਚੱਕਦੇ ਹੋ ਕਹਿੰਦੇ ਫੋਨ ਨਹੀਂ ਚੱਕਦੇ ਨਹੀਂ ਕਿਉਂ ਤੁਸੀਂ ਬੁਲਾਇਆ ਅੱਜ ਪਹੁੰਚੇ ਹੈ ਕਿਉਂ ਨਹੀਂ ਕੱਲ ਵੀ ਹਲਕੇ ਸੇ 14 ਸੋ ਇੱਕ ਧਾਰਨਾ ਨਾ ਨਾ ਗੱਲ ਇਹ ਹੈ ਕਿ ਮੈਂ ਗੈਨ ਉਹੀ ਗੱਲ ਹੈ ਕਿ ਧਾਰਨਾ ਬਣ ਜਾਂਦੀ ਹੈ ਹਮ ਇਹ ਸਾਡੀ ਮੈਂ ਕਹਾਂ ਨਾ ਜਿਵੇਂ ਬਦਕਿਸਮਤੀ ਹੈ ਜੇ ਇੱਕ ਚੀਜ਼ ਕੋਈ ਨਾਰਮਲ ਵੇਚ ਵੀ ਹੋਵੇ ਉਹਨੂੰ ਬੜਾ ਅਬਨਾਰਮਲੀ ਦੇਖਿਆ ਜਾਂਦਾ ਸੋ ਇੱਕ ਧਾਰਨਾ ਜੇ ਬਣ ਜੇ ਤਾਂ ਉਹਨੂੰ ਮਟਾਉਣਾ ਵੀ ਬੜਾ ਔਖਾ ਪਰ ਆਪਣਾ ਪੱਖ ਤੁਸੀਂ ਜ਼ਰੂਰ ਰੱਖ ਸਕਦੇ ਹੋ ਹਨ ਆਪਣਾ ਪੱਖ ਰੱਖ ਸਕਦੇ ਹੋ 24 ਘੰਟੇ ਹੁਣ ਇਲੈਕਸ਼ਨ ਲੜੀ 800 ਕੈਂਡੀਡੇਟ ਸੀ 117 ਹਲਕੇ ਆ ਤੁਰੇ ਤੇ ਕੁਝ ਲੋਕਾਂ ਨੇ ਕੁਝ ਦੇਖਿਆ ਹੋਣਾ ਨੌਜਵਾਨ ਸਾਥੀ ਸੰਗਠਨ ਦੇ ਲੋਕਾਂ ਨੇ ਕੁਝ ਦੇਖਿਆ ਹੋਣਾ ਜਿਹੜਾ ਚੁਣ ਕੇ ਭੇਜਿਆ ਲਾ ਕਿਥੋਂ ਕੀਤੀ ਤੁਸੀਂ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਮੇਰੀ ਐਡਮਿਸ਼ਨ ਸਪੋਰਟਸ ਕੋਟੇ ਵਿੱਚ ਹੋਈ ਸੀਗੀ ਔਰ ਬੀ ਪਲੱਸ ਦਾ ਮੇਰਾ ਗ੍ਰੇਡ ਬੰਦਾ ਸੀ ਗ੍ਰੇਡਿੰਗ ਜਿਹੜੀ ਕੀਤੀ ਸੀਗੀ ਉਦੋਂ ਡਾਇਰੈਕਟਰ ਸਾਡੇ ਪ੍ਰਗਟ ਸਿੰਘ ਜੀ ਸੀਗੇ ਸਪੋਰਟਸ ਡਿਪਾਰਟਮੈਂਟ ਦੇ ਸੋ ਉਦੋਂ ਗ੍ਰੇਡਿੰਗ ਹੋਈ ਔਰ ਸਪੋਰਟਸ ਕੋਟੇ 'ਚ ਹੀ ਮੇਰੀ ਐਡਮਿਸ਼ਨ ਪੰਜਾਬੀ ਯੂਨੀਵਰਸਿਟੀ 'ਚ ਹੋਈ 80 ਸੀਟਾਂ ਸੀਗੀਆਂ ਇੱਕ ਐਗਜ਼ਾਮ ਹੋਇਆ ਤੇ ਸੋ ਪੰਜਾਬੀ ਯੂਨੀਵਰਸਿਟੀ ਹਲਕੇ 'ਚ ਵੀ ਹੈ ਔਰ ਬੜਾ ਇੱਕ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈ લાલા سوال ਪਤਾ ਕਿਉਂ ਪੁੱਛਿਆ ਮੈਂ ਕਿਉਂ ਹਾਂ ਡਿਫੈਂਸਿੰਗ ਵਧੀਆ ਥੋੜੀ ਸਵਾਲ ਨਾ ਤੇ ਹਾਂ ਨਹੀਂ ਗੱਲ ਇਹ ਹੈ ਕਿ ਆਪਣਾ ਪੱਖ ਰੱਖਣਾ ਠੀਕ ਪਰਸਪੈਕਟਿਵ ਨਾਲ ਕੰਟੈਕਸਟ ਨਾਲ ਆਪਣਾ ਪੱਖ ਰੱਖਣਾ ਬੜਾ ਜ਼ਰੂਰੀ ਹੁੰਦਾ ਕਈ ਵਾਰ ਕੀ ਹੁੰਦਾ ਜਦ ਪੱਖ ਨਾ ਆਵੇ ਕਿਉਂਕਿ ਜਿਹੜਾ ਇਹ ਸਾਰਾ ਪਿਛਲਾ ਐਪੀਸੋਡ ਹੋਇਆ ਉਹਦੇ ਚ ਮੈਂ ਚੁੱਪ ਰਿਆ ਕਿਉਂਕਿ ਗੱਲ ਇਹ ਹੈ ਕਿ ਉਹ ਸੱਚ ਨਹੀਂ ਹੈ ਜੋ ਉਹ ਬੰਦੇ ਗੱਲਾਂ ਕਰਦੇ ਨੇ ਓ ਜਦੋਂ ਕਿ ਆ ਫਿਰ ਹੱਥ ਦੱਸਿਆ ਤੁਹਾਨੂੰ ਅੱਜ ਮੈਂ ਆਪਣਾ ਪੱਖ ਰੱਖਿਆ ਕਿ ਮੈਨੂੰ 8 ਸਾਲ ਦਾ ਸਫ਼ਰ ਤੈਅ ਕਰਨਾ ਪਿਆ ਕਈ ਲੋਕਾਂ ਨੂੰ 15-15 ਸਾਲ ਉਹ ਥ੍ਰੈਸ਼ਹੋਲਡ ਹੈ ਔਰ ਉਸ ਸੰਘਰਸ਼ ਲਈ ਮੈਂ ਤਿਆਰ ਹਾਂ ਮਿਹਨਤ ਕਰਨਾ ਜੇ ਕਿਸੇ ਨੂੰ ਲੱਗਦਾ ਹੈ ਕਿ ਇਹ politcal ਫੈਮਿਲੀ ਚੋਂ ਆਉਂਦਾ ਤੇ ਇਹਦੇ ਲਈ ਚੀਜ਼ਾਂ ਸੌਖੀਆਂ ਨੇ ਮੈਂ ਉਹਨੂੰ ਓਵਰਕਮ ਕਰਨ ਲਈ ਅਸੀਂ ਮੈਂ 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 ਤਿਆਰ ਹਾਂ ਕਿਸੇ ਹੱਦ ਤੱਕ ਵੀ ਜਾਣ ਲਈ ਵੀ ਮਿਹਨਤ ਕਰਨ ਲਈ ਜੋ ਮੈਂ ਕਿਹਾ ਪਟਿਆਲੇ ਰੂਰਲ ਦੇ ਸਾਡੇ ਹਰ ਘਰ ਨੂੰ ਮੈਂ ਹਰ ਬਾਰ ਮੂਰੇ ਬੂਆ ਖੜਕਾਇਆ ਵੇ ਮਿਹਨਤ ਕੀਤੀ 6 ਮਹੀਨੇ ਦੀ ਯਾਤਰਾ ਕੱਢੀ ਸੀ ਸੋ ਜਿੱਥੇ ਜਿੱਥੇ ਜੋ ਜੋ ਮੈਨੂੰ ਮੌਕਾ ਮਿਲਿਆ ਹੁਣ ਵੀ ਮੈਂ ਤੁਹਾਡੇ ਕੋ ਆਇਆ ਮਹੀਨੇ ਦੇ ਵਿੱਚ ਅਸੀਂ ਆ 13 ਪਾਰਲੀਮੈਂਟਸ ਵੀ ਆਨ ਆਲੀ ਇਲੈਕਸ਼ਨਸ ਵੀ ਅਸੀਂ ਕੋਈ ਯੂਥ ਕਾਂਗਰਸ ਕੋਈ ਇੰਪੈਕਟ ਪਾਵੇ ਅਸਿਸਟ ਕਰੀਏ ਕਿ ਸਾਡੇ ਕੈਂਡੀਡੇਟ ਚਤਨ ਪਾਰਟੀ ਜਿੱਤੇ ਔਰ ਉਹ ਬੜਾ ਸਿਨਸੇਰਿਟੀ ਨਾਲ ਅਸੀਂ ਕੰਮ ਕਰਦੇ ਮੇਰਾ ਮੰਨ ਹੈ ਕਿ ਵੀ ਸਿਨਸੇਰਿਟੀ ਮਿਹਨਤ ਔਰ ਜਿੱਥੇ ਜਿੱਥੇ ਮੈਂ ਜਾ ਰਹਾ ਹਾਂ ਵੀ ਇਹ ਸਭ ਨੂੰ ਇਹ ਕਹਿ ਰਹੇ ਕਿ ਜਾਬਤੇ ਰਹਿਣਾ ਔਰ ਮਿਹਨਤ ਕਰਨਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੋਲਿਟਿਕਸ ਚੰਗਾ ਕੌਣ ਲੱਗਦਾ ਕਿਹੜਾ ਪੋਲਿਟਿਸ਼ੀਅਨ ਵਧੀਆ ਲੱਗਦਾ ਦੇਖੋ ਸੰਜੇ ਗਾਂਧੀ ਜੀ ਆਹ ਦੀਆਂ ਗੱਲਾਂ ਜੋ ਸੁਣਦੇ ਸੀਗੇ ਵੀ ਇੱਕ ਫੈਸਲਾ ਕਰਨ ਲੀਡਰ ਸੀਗੇ ਉਹ ਫੈਸਲੇ ਲੈਣ ਬੜੇ ਸਕਸ਼ਮ ਸੀਗੇ ਵੀ ਕੋਈ ਗੱਲ ਹੋਵੇ ਤੇ ਫੈਸਲਾ ਲੈ ਲਓ ਜੇ ਟੈਬੂ ਸੀਗਾ ਕਿ ਵੀ ਬਲੱਡ ਡੋਨੇਸ਼ਨ ਇੰਡੀਆ ਵਿੱਚ ਬਲੱਡ ਡੋਨੇਸ਼ਨ ਨਹੀਂ ਸੀ ਹੁੰਦੀ ਇਹ ਬਲੱਡ ਡੋਨੇਸ਼ਨ ਡਰਾਈਵ ਉਦੋਂ ਦੀ ਯੂਥ ਕਾਂਗਰਸ ਸ਼ੁਰੂ ਕੀਤੀ ਸੀਗੀ ਇਦਾਂ ਵਿਜ਼ਨਰੀ ਜਿਹੜੀਆਂ ਗੱਲਾਂ ਨੇ ਪੋਪੂਲੇਸ਼ਨ ਕੰਟਰੋਲ ਦੀ ਗੱਲ ਉਹਨਾਂ ਵੇਲੇ ਆਈ ਸੀਗੀ ਸੋ ਇੱਕ ਮੈਨੂੰ ਐ ਲੱਗਦਾ ਵੀ ਫੈਸਲਾ ਲੈਣ ਦੀ ਜਿਹੜੀ ਐਬਿਲਿਟੀ ਹੈ ਇੱਕ ਵਿਜਨ ਹੋਣਾ ਚਾਹੀਦਾ ਉਹ ਮੈਂ ਸਮਝਦਾ 40 50 ਸਾਲ ਪਹਿਲਾਂ ਪੋਪੂਲੇਸ਼ਨ ਕੰਟਰੋਲ ਦੀ ਗੱਲ ਕੀਤੀ ਸੋ ਬਿਲਕੁਲ ਇੱਕ ਸੰਜੇ ਗਾਂਧੀ ਜੀ ਮੈਨੂੰ ਲੱਗਦਾ ਹੈ ਕਿ ਇੱਕ ਜਿਨ੍ਹਾਂ ਨਾਲ ਮੈਂ ਰਿਲੇਟ ਕਰਦਾ ਔਰ ਬਾਕੀ ਜਿਹੜੀ ਗੱਲ ਹੈ ਉਹ ਸਿਆਸੀ ਗੱਲਾਂ ਤਾਂ ਹੋਰ ਹੁੰਦੀਆਂ ਖੁੱਲ ਕੇ ਜਦ ਮੈਂ ਗੱਲ ਕਰ ਰਿਹਾ ਸੋ ਸੰਜੇ ਗਾਂਧੀ ਜੀ ਦਾ ਇੱਕ ਮੇਰੇ ਮਨ ਚ ਖਿਆਲ ਆਉਂਦਾ ਪੰਜਾਬ ਚ ਕੌਣ ਚੰਗਾ ਲੱਗਦਾ ਪੰਜਾਬ ਦੇਖੋ ਕਈ ਲੀਡਰ ਹੈ ਇੱਕ ਨਹੀਂਗਾ ਹਰ ਲੀਡਰ ਦੇ ਵਿੱਚ ਕੋਈ ਨਾ ਕੋਈ ਖੂਬੀ ਹੈ ਜੇ ਮੈਂ ਰਾਜਾ ਵੜਿੰਗ ਜੀ ਦੀ ਗੱਲ ਕਰਾਂ ਕਤੋਂ ਉੱਠ ਕੇ ਆਏ ਕਿਵੇਂ ਮਿਹਨਤ ਕੀਤੀ ਕਿਵੇਂ ਉਹਨਾਂ ਨੇ ਪਾਰਟੀ ਦਾ ਪਲੇਟਫਾਰਮ ਰਾਹੁਲ ਜੀ ਨੇ ਮੌਕਾ ਦਿੱਤਾ ਉਹ ਕਿਵੇਂ ਉੱਠ ਕੇ ਉੱਭਰ ਕੇ ਆਏ ਸੋ ਉਹਨਾਂ 'ਚ ਆਪਦੀ ਕੁਆਲਿਟੀ ਹੈ ਔਰ ਹਰ ਹੋਰ ਵੀ ਬਹੁਤ ਲੀਡਰਸ਼ਿਪ ਲਿਸਟ ਬਹੁਤ ਲੰਬੀ ਹੈ ਕਿਉਂਕਿ ਹਰ ਹਰ ਇੱਕ ਤੋਂ ਆਪਣੇ ਫਾਦਰ ਤੋਂ ਕਿਵੇਂ ਲੀਗਲ ਪੁਆਇੰਟ ਨੂੰ ਕਿਵੇਂ ਡਿਸਰਨ ਕਰਕੇ ਤੁਸੀਂ ਉਹਦਾ ਕਨਕਲੂਜਨ ਕਿਵੇਂ ਕੱਢਣਾ ਹੈ ਔਰ ਤੁਹਾਡੀ ਇੱਕ ਜੇ ਕੋਈ ਮੈਟਰ ਆਇਆ ਮੈਟਰ ਚ ਕਿਵੇਂ ਤੁਸੀਂ ਕਿੱਥੇ ਲੀਗਲੀ ਕਿਵੇਂ ਸਾਊਂਡ ਰਹਿਣਾ ਤੁਸੀਂ ਕਿਸੇ ਕੰਮ ਨੂੰ ਲੈ ਕੇ ਸੋ ਹਰ ਲੀਡਰ ਜੋ ਬੌਸ ਕੋ ਸਿੱਖਣ ਨੂੰ ਮਿਲਦਾ ਹੈ ਔਰ ਬੌਤਾ ਫੇਵਰਿਟ ਵੀ ਕਿਸੇ ਨੂੰ ਬਣਾਉਣਾ ਨਹੀਂ ਚਾਹੀਦਾ ਰਾਜਨੀਤੀ ਵਿੱਚ ਖਾਸ ਤੌਰ ਤੇ ਕਿਉਂਕਿ ਹਰ ਇੱਕ ਕੋਈ ਨਾ ਕੋਈ ਚੰਗੇ ਚੰਗੀਆਂ ਚੀਜ਼ਾਂ ਹੁੰਦੀਆਂ ਕਈ ਇਨਸਪੀਰੇਸ਼ਨ ਮਿਲਦੀ ਹੁੰਦੀ ਹੈ ਇਨਸਪੀਰੇਸ਼ਨ ਮੈਂ ਤੁਹਾਨੂੰ ਦੱਸਿਆ ਕਿ ਵੀ ਪਛੋਕਰ ਜੋ ਤੋਂ ਦੇਖਦੇ ਆਇ ਕੋ ਨਾਮ ਮੇਰੇ ਜ਼ਿਹਨ 'ਚ ਜ਼ਰੂਰ ਹੁੰਦਾ ਕੋਈ ਕੋਈ ਵਧੀਆ ਜਿਵੇਂ ਕੋਈ ਕੋਈ ਪੋਲੀਟਿਸ਼ਨ ਪਾਰਟੀ ਚੋਂ ਕੋਈ ਬੰਦਾ ਹੈ ਨਾ ਵਿਪੱਖਸ਼ਤ ਮੈਂ ਤੁਹਾਨੂੰ ਦੱਸਿਆ ਮੈਂ ਮੈਂ ਪਹਿਲੀ ਵਾਰ ਤੁਹਾਨੂੰ ਮੈਂ ਸਹੀ ਦੱਸ ਰਿਹਾ ਪਹਿਲੀ ਵਾਰ ਮੈਂ ਬੋਲਿਆ ਰਾਜਾ ਵੜਿੰਗ ਜੀ ਦੀ ਸਟੇਜ ਤੇ ਔਰ ਮੈਂ ਉਹਦੋਂ ਕਿਹਾ ਕਿ ਵੀ ਅਸੀਂ ਇਨਸਪਾਇਰਡ ਹੈ ਤੁਸੀਂ ਜਿਸ ਤਰੀਕੇ ਨਾਲ ਮਿਹਨਤ ਕਰਕੇ ਅਗੇ ਉਹ ਹੀ ਗੱਲ ਆ ਜਾਂਦੀ ਹੈ ਨਾ ਵੀ ਮਿਹਨਤ ਜੇ ਉਹ ਮਿਹਨਤ ਨਾ ਕਰਦੇ ਸ਼ਾਇਦ ਇਸ ਮਕਾਮ ਤੇ ਨਾ ਹੁੰਦੇ ਰਾਈਟ ਸੋ ਮਿਹਨਤ ਜਿਹੜੀ ਹੈਗੀ ਹੈ ਨਾ ਉਹ ਇਨਸਪਾਇਰ ਕਰਦੀ ਹੈ ਮੈਨੂੰ ਕਿਥੋਂ ਸਫਰ ਤੈ ਹੋਇਆ ਉਹਨਾਂ ਦਾ ਦੇਖੋ ਤੁਸੀਂ ਔਰ ਉਹਨਾਂ ਦੀ ਅਬਿਲਿਟੀ ਮਤਲਬ ਸੰਗਠਨ ਨੂੰ ਕਿਵੇਂ ਮਜ਼ਬੂਤ ਮਜ਼ਬੂਤ ਕਰ ਰਹੇ ਔਰ ਇਹ ਮੈਂ ਪੋਲੀਟੀਕਲ ਗੱਲ ਨਹੀਂ ਕਰ ਰਹਾ ਜਾ ਤੋ ਉਹਨਾਂ ਨੇ ਵਾਗਡੋਰ ਸੰਭੀ ਕਿਸ ਵੇਲੇ ਵਾਗਡੋਰ ਸੰਭੀ ਜਿਹਨੂੰ ਕਹਿੰਦੇ ਬੂੰਦ ਬੂੰਦ ਕਰਕੇ ਅੱਜ ਤੁਸੀਂ ਧਰਨੇ ਲੱਗ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਗੱਲ ਆ ਰਹੀ ਹੈ ਕਿ ਕਾਂਗਰਸ ਪਾਰਟੀ ਆਲਟਰਨੇਟਿਵ ਹੈ ਲੋਕ ਚਰਚਾ ਹੋ ਰਹੀ ਹੈ ਜਿੱਥੇ ਕਿਤੇ ਪਹਿਲਾਂ ਨਹੀਂ ਕਹਿੰਦੇ ਕਹਿੰਦੇ ਸੀ ਕਾਂਗਰਸ ਵਾਈਪ ਆਊਟ ਹੋ ਰਹੀ ਹੈ ਪਰ ਮੈਨੂੰ ਐ ਲੱਗ ਰਿਹਾ ਕਿ ਕਾਂਗਰਸ ਦਾ ਰਿਵਾਈਵਲ ਉਹਨਾਂ ਦੀ ਲੀਡਰਸ਼ਿਪ ਵਿੱਚ ਹੋ ਰਿਹਾ ਹੈ ਅਕਾਲੀ ਕਹਿੰਦੇ ਅਸੀਂ ਆਂ ਉਹਨਾਂ ਉਹਨਾਂ ਦੀ ਸੂਝ-ਬੂਝ ਉਹ ਕਹਿੰਦੀ ਹੈ ਤਾਂ ਉਹਨੂੰ ਜ਼ਰੂਰ ਕਹਿਣ ਖੁਸ਼ ਰਹਿਣ ਉਸ ਗੱਲ ਦੇ ਵਿੱਚ ਔਰ ਹਰੇਕ ਕੱਪ ਦੇਖੋ ਪੋਲਿਟੀਕਲ ਪਾਰਟੀਆਂ ਆਪਣਾ ਆਪਣਾ ਕਲੇਮ ਕਰਦੀਆਂ ਨੇ ਪਰ ਲੋਕ ਬਹੁਤ ਸਿਆਣੇ ਨੇ ਕਿ ਅਸੀਂ ਕਿਹੜੀ ਗੱਲ ਤੇ ਕਨਵਿੰਸ ਹੋਣਾ ਹੈ ਔਰ ਕਿਹੜੀ ਤੇ ਨਹੀਂ ਹੋਣਾ ਸੋ ਉਹ ਬਿਲਕੁਲ ਅਕਾਲੀ ਦਲ ਨੂੰ ਮੁਬਾਰਕ ਜੇ ਉਹਨਾਂ ਨੂੰ ਲੱਗਦਾ ਕਿ ਉਹ ਆਲਟਰਨੇਟਿਵ ਨੇ ਵੀਲਨਸ ਸਖਤ ਨਜ਼ਰ ਆ ਰਹੀ ਹੈ ਵਾਵਾ ਥੋਟੇ ਫਾਦਰ ਸਾਹਿਬ ਖਲਾਫ ਵੀ ਜੀ ਰਿਪੋਰਟਾਂ ਖੁੱਲੀਆਂ ਨੇ ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਬਦਲਾਵ ਦੇ ਪਲੈਂਕ ਤੇ ਆਈ ਸੀਗੀ ਔਰ ਕਿੰਨਾ 1.5 ਸਾਲ ਪੌਣੇ 2 ਸਾਲ ਹੋ ਗਏ ਔਰ ਜਿੱਥੇ ਕਿਤੇ ਕਿਉਂਕਿ ਮੇਰੇ ਫਾਦਰ ਬੜੇ ਇੱਕ ਪਾਰਲੀਮੈਂਟਰੀਅਨ ਇੱਕ ਸਟੇਟਸਮੈਨ ਲਾਈਕ ਮੈਨੂੰ ਲੱਗਦਾ ਹੈ ਕਿ ਲੀਡਰ ਨੇ ਔਰ ਬੜਾ ਉਹਨਾਂ ਦਾ ਅਨਬਲੇਮਿਸ਼ਡ ਰਿਕਾਰਡ ਰਿਹਾ ਇੱਕ ਵੀ ਦਾਗ ਉਹਨਾਂ ਤੇ ਨਹੀਂ ਹੈ ਔਰ ਜਿਹੜਾ ਇਹ ਦਾਗ ਲਾਉਣ ਦੀ ਕੋਸ਼ਿਸ਼ ਮੈਂ ਕਹੂੰਗਾ ਇਹ ਦਾਗ ਲਾਉਣ ਦੀ ਕੋਸ਼ਿਸ਼ ਇਹ ਸਰਕਾਰ ਨੇ ਕੀਤੀ ਹੈ ਇਹ ਦਾਗ ਨਹੀਂ ਲੱਗਦੇ ਕਿਸੇ ਦੇ ਲਾਏ ਔਰ ਜਿੱਥੇ ਕਿਤੇ ਜਦੋਂ ਜਦੋਂ ਬੁਲਾਇਆ ਉਹ ਅੱਗੇ ਹੋਏ ਨੇ ਅੱਗੇ ਪੇਸ਼ ਹੋਏ ਨੇ ਗੱਲ ਉਹਨਾਂ ਨੇ ਆਪਣਾ ਪੱਖ ਰੱਖਿਆ ਸੋ ਚੱਲ ਰਹੀ ਹੈ ਠੀਕ ਹੈ ਗੱਲ ਲੜਾਈ ਹੈਗੀ ਹੈ ਮੈਨੂੰ ਜੋ ਲੱਗਦਾ ਹੈ ਜਿਆਦਾ ਪੋਲਿਟੀਕਲ ਹੈ ਰਾਦਰ ਦੈਨ ਮੈਰੇਟਲੀ ਕੋਈ ਗੱਲ ਨਹੀਂ ਨਜ਼ਰ ਆ ਰਹੀ ਥਿਸ ਇਸ 올 ਪੋਲਿਟੀਕਲ ਜੋ ਚੱਲ ਰਿਹਾ ਕਿਉਂ ਔਰ ਕਾਂਗਰਸ ਲੀਡਰਸ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੁਣ ਸ਼ੁਰੂ ਹੋਏ ਨੇ ਥੋੜੇ ਇੱਕ ਦੋ ਹੋਰ ਪਾਰਟੀਆਂ ਦੇ ਲੀਡਰਸ ਤੇ ਪਰ ਜਿੱਥੇ ਕਿਤੇ ਤੁਹਾਡੇ ਜਰਨਲਿਸਟ ਆਪਣਾ ਅਜੀਤ ਆਲੇ ਨਾਲ ਜੋ ਹੋਇਆ ਸੋ ਹੋਰ ਪਾਸੇ ਜੋ ਹੋ ਰਿਹਾ ਹੈ ਮਤਲਬ ਐਨੀ ਆਰਬਿਟਰਰੀਨੈਸ ਔਰ ਐਨਾ ਛੋਟਾ ਦਿਲ ਇਸ ਸਰਕਾਰ ਨੂੰ ਨਹੀਂ ਦਿਖਾਣਾ ਚਾਹੀਦਾ ਵੱਡੇ ਹੋ ਯਾਰ ਤੁਸੀਂ ਆਪਣਾ ਵਿਜ਼ਨ ਦਿਓ ਤੁਸੀਂ ਦੂਜਿਆਂ ਨੂੰ ਥੱਲੇ ਦਿਖਾ ਕੇ ਆਪਣੇ ਆਪ ਨੂੰ ਵੱਡਾ ਨਹੀਂ ਕਰ ਸਕਦੇ ਔਰ ਹਰ ਇੱਕ ਬੰਦਾ ਕਰਪਟ ਹੈ 40 ਸਾਲ ਲੋਕਾਂ ਦੀ ਸੇਵਾ ਕੀਤੀ ਇੱਕ ਵੀ ਦਾਗ ਨਹੀਂ ਹੈ ਬ੍ਰਹਮਿੰਦਰਾ ਜੀ ਦਾ ਮੈਨੂੰ ਇਸ ਗੱਲ ਦਾ ਫਕਰ ਹੈ ਉਸ ਜਿਹੜੇ ਕਹਿੰਦੇ ਕਿ ਮਲਾਈਦਾਰ ਮਹਿਕਮਾ ਕੋਲੇ ਸੀ ਕੈਪਟਨ ਸਾਹਿਬ ਨਾਲ ਯਾਰੀ ਸੀ ਤੇ ਇਹ ਇਹ ਅਗੇਨ ਉਹ ਦੇਖੋ ਜਦੋਂ ਕਾਗਜ਼ ਤੇ ਫਾਈਲ ਸਾਈਨ ਹੋਣੀ ਹੈ ਨਾ ਉਦੋਂ ਕੋਈ ਮਲਾਈਦਾਰ ਨਹੀਂ ਕੋਈ ਕੁਝ ਨਹੀਂ ਗੱਲਾਂ ਹੁੰਦੀਆਂ ਨੇ ਇੱਕ ਆਮ ਤੌਰ ਤੇ ਉਮੂਮਨ ਤੌਰ ਤੇ ਜਿਹੜੀ ਚਰਚਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਉਹ ਚੱਲ ਜਾਂਦੀ ਹੈ ਪਰ ਕਿੰਨੇ ਕੰਮ ਗਰੀਬਾਂ ਨੂੰ ਜਦੋਂ ਘਰ ਦਿੱਤੇ ਉਹਨਾਂ ਨੂੰ ਪ੍ਰੋਪਰਟੀ ਰਾਈਟਸ ਦਿੱਤੇ ਉਹ ਵੀ ਮੇਰੇ ਫਾਦਰ ਸਾਹਿਬ ਦਾ ਮਹਿਕਮਾ ਸੀਗਾ ਜਦੋਂ ਰਾਸ਼ਨ ਕਾਰਡ ਦੇ ਨਾਲ ਲਿੰਕ ਹੋਇਆ ਕਿ ਵੀ 5 ਲੱਖ ਦੀ ਹੈਲਥ ਇੰਸ਼ੋਰੈਂਸ ਦੇਣੀ ਹੈ ਉਹᱫੋ ਵੀ ਮੇਰੇ ਫਾਦਰ ਨੇ ਉਹ ਗੱਲ ਚੱਕੀ ਤੇ ਸਭ ਤੋਂ ਪਹਿਲਾਂ ਪੰਜਾਬ ਨੇ اپੋਜ਼ ਕੀਤਾ ਸੀਗਾ ਆਯੁਸ਼ਮਾਨ ਭਾਰਤ ਨੂੰ ਕਿਉਂਕਿ ਇੱਕ ਸਿਲੈਕਟਿਡ ਪੋਪੂਲੇਸ਼ਨ ਨੂੰ 17 ਲੱਖ ਲੋਕਾਂ ਪਰਿਵਾਰਾਂ ਨੂੰ ਉਹ ਕਵਰ ਮਿਲ ਰਿਹਾ ਸੀਗਾ ਉਹਨਾਂ ਨੇ ਲੜਾਈ ਲੜੀ ਕਿ ਮੇਰੇ 43 ਲੱਖ ਪਰਿਵਾਰ ਕਵਰ ਹੋਣੇ ਚਾਹੀਦੇ ਉਹਨਾਂ ਦਾ ਵਿਜ਼ਨ ਸੀਗਾ ਕਿ ਮੈਂ ਯੂਨੀਵਰਸਲ ਹੈਲਥ ਇੰਸ਼ੋਰੈਂਸ ਲੈ ਕੇ ਆਉਣੀ ਸੋ 43 ਲੱਖ ਤੱਕ ਲੈ ਕੇ ਕੇ ਲੜਾਈ ਲੜ ਕੇ ਸੋ ਇਹ ਗੱਲਾਂ ਹੁੰਦੀਆਂ ਜਦੋਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਈ ਵਾਰ ਕੀ ਹੁੰਦਾ ਹੈ ਕਮੀਆਂ ਰਹਿ ਜਾਂਦੀਆਂ ਨੇ ਅੱਜ ਦੇ ਯੁੱਗ ਵਿੱਚ ਜਦੋਂ ਮੀਡੀਆ ਸੋਸ਼ਲ ਮੀਡੀਆ ਮੋਬਾਈਲ ਫੋਨ ਉਹਦੇ ਵਿੱਚ ਜਿਹੜੀਆਂ ਰੈਲੇਵੈਂਟ ਇਸ਼ੂਜ਼ ਹੈ ਨਾ ਉਹ ਰਹਿ ਜਾਂਦੇ ਨੇ ਉਹ ਇੱਕ ਮਸਲਾ ਹੈ ਦੋ ਦਿਨ ਦਾ ਵਿਧਾਨ ਸਭਾ ਸੈਸ਼ਨ ਹੋਵੇ 10 ਦਿਨ ਐਮ ਐਲ ਏ ਨੂੰ ਚੁਣਿਆ ਲੋਕਾਂ ਨੇ ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ ਸਾਡੀ ਆਵਾਜ਼ ਚੱਕੋ ਦਫ਼ਤਰ ਐਮ ਐਲ ਏ ਦਾ ਵਿਧਾਨ ਸਭਾ ਹੈ ਉੱਥੋਂ ਉਹਨੇ ਮੰਤਰੀ ਨੂੰ ਸਵਾਲ ਪੁੱਛਣਾ ਕੁਐਸਚਨ ਆਰ ਦੇ ਵਿੱਚ ਦੋ ਦਿਨਾਂ ਚ ਦੋ ਘੰਟੇ ਉਹਨੂੰ ਮਿਲਨੇ ਆ 117 ਹਲਕੇ ਕਿਵੇਂ ਤੁਸੀਂ ਜਸਟਿਸ ਕਰ ਲੋਗੇ ਆਪਣੀ ਜੌਬ ਤੇ ਇਹ ਚੀਜ਼ ਇੱਕ ਮੈਂ ਸਮਝਦਾ ਹੈ ਚੇਂਜ ਹੋਣੀ ਚਾਹੀਦੀ ਹੈ ਕਿ ਕਿਸਾਨ ਨੂੰ ਲਾਦਨੇ ਮੈਸੇਜ ਆਪਾ ਹਾਂ ਬਿਲਕੁਲ ਲਾਣਾ ਚਾਹੀਦਾ ਜੇ ਉਹ ਸੁਣ ਰਹੇ ਨੇ ਔਰ ਮੈਂ ਇਸ ਐਚ ਪਿਛਲੀਆਂ ਸਰਕਾਰਾਂ ਤੇ ਵੀ ਗੱਲ ਕਰਦਾ ਸੈਸ਼ਨ ਛੋਟੇ ਹੁੰਦੇ ਆਏ ਇੱਕ ਚੀਜ਼ ਇਹਦੇ ਵਿੱਚ ਆ ਹੋ ਸਕਦੀ ਹੈ ਕਿ ਹਰ 6 ਮਹੀਨੇ 'ਚ ਸੈਸ਼ਨ ਬੁਲਾਉਂਦੇ ਨੇ ਇਹਦਾ ਟਾਈਮ ਮਿੱਥਿਆ ਜਾਣਾ ਚਾਹੀਦਾ ਕਿ ਘੱਟੋ-ਘੱਟ ਇੰਨੇ ਦਿਨਾਂ ਲਈ ਇਹ ਸੈਸ਼ਨ ਹੋਣਾ ਚਾਹੀਦਾ ਕਾਂਗਰਸ ਕਿਹੜਾ ਬੁਲਾਉਂਦੀ ਰਹੀ ਹੈ ਮੈਂ ਤਾਂ ਕਹਿ ਰਹੇ ਹਾਂ ਜੀ ਮੈਂ ਤਾਂ ਕਹਿ ਰਿਹਾ ਇਸ ਸਿਸਟਮ ਇਦਾਂ ਦਾ ਕਿਉਂ ਉਹ ਕਹਿੰਦੇ ਵੀ ਅਸੀਂ ਐਗਜ਼ੀਕਟਿਵ ਆਰਡਰਸ ਜਾਂ ਉਹਦੇ ਐਗਜ਼ੀਕਟਿਵ ਤੇ ਜਦ ਕੀ ਲੈਜਿਸਲੇਚਰ ਨੇ ਸਵਾਲ ਪੁੱਛਨੇ ਨੇ ਇੱਕ ਮਹੀਨੇ ਦਾ ਘੱਟੋ-ਘੱਟ ਮੈਂ ਸਮਝਦਾ ਟਾਈਮ ਮਿਥਿਆ ਜਾਣਾ ਚਾਹੀਦਾ ਜੋ ਮੈਂ ਸਮਝਦਾ ਹਰ 6 ਮਹੀਨੇ 'ਚ ਇੱਕ ਰੂਲ ਹੈ ਨਾ ਕਿ ਹਰ 6 ਮਹੀਨੇ 'ਚ ਇੱਕ ਵਾਰ ਸੈਸ਼ਨ ਆਉਣਾ ਜ਼ਰੂਰੀ ਹੈ ਸੋ ਮੈਂ ਮੇਰੇ ਸਮਝ ਮੁਤਾਬਿਕ ਹਰ 6 ਮਹੀਨੇ 'ਚ ਇੱਕ ਮਹੀਨਾ ਮਿਥਿਆ ਜਾਣਾ ਚਾਹੀਦਾ ਕਿ ਅਸੀਂ ਇਹ ਸੈਸ਼ਨ ਬੁਲਾਵਾਂਗੇ ਫ੍ਰੀ ਟਾਈਮ ਕੀ ਕਰਦੇ ਫਰੀ ਟਾਈਮ ਅੱਜਕਲ ਕੋਈ ਫਰੀ ਟਾਈਮ ਮਿਲ ਨਹੀਂ ਰਿਹਾ ਕਿਉਂਕਿ ਸੰਗਠਨ ਦੀ ਜਿਹੜੀ ਜ਼ਿੰਮੇਵਾਰੀ ਹੈ ਹਰ ਪਾਸੇ ਜਾਣਾ ਪੈ ਰਿਹਾ ਸੋ ਫਰੀ ਟਾਈਮ ਬਹੁਤ ਘਟ ਰਿਹਾ ਗਿਆ ਔਰ ਜਾਂ ਤਾਂ ਪਰਿਵਾਰ ਨਾਲ ਹੀ ਜ਼ਿਆਦਾ ਟਾਈਮ ਸਪੈਂਡ ਕਰੀਦਾ ਔਰ ਹ ਹ डिसेंबर ਨਵਾਂ ਨਵਾਂ ਵਿਆਹ ਹੋ ਕੇ ਹਟਿਆ ਉਹ ਮੇਰੇ ਵਾਈਫ ਵੀ ਮੈਨੂੰ ਕਹਿ ਦਿੰਦੇ ਆ ਵੀ ਕਿੱਥੇ ਪੰਗਾ ਲੈ ਲਿਆ ਵੀ ਸੰਗਠਨ ਕਿਉਂਕਿ ਜ਼ਿੰਮੇਵਾਰੀ ਬੜੀ ਵੱਡੀ ਹੋ ਜਾਂਦੀ ਉਹਨੂੰ ਜਸਟਿਸ ਕਰਨਾ ਬੜਾ ਇੰਪੋਰਟੈਂਟ ਹੈ ਜਦੋਂ ਫ੍ਰੀ ਟਾਈਮ ਹੁੰਦਾ ਅਸੀਂ ਕੋਸ਼ਿਸ਼ ਕਰਦੇ ਆਂਗੇ ਪਰਿਵਾਰ ਚ ਸਮਾਂ ਬਤੀਤ ਕਰੀਏ ਬੁੱਕਸ ਵਗੈਰਾ ਪੜ੍ਹਦੇ ਹਾਂ ਸਿਰਫ ਸੋਟੇ ਦਾਦਾ ਜੀ ਨੇ ਹੈ ਨਾ ਬੁੱਕਸ ਲਿਖਣ ਨੂੰ ਇੰਟਰਸਟ ਹੈਗਾ ਇੰਟਰਸਟ ਮੈਨੂੰ ਕਰੰਟ ਇਸ਼ੂਸ ਤੇ ਹੈ ਮੇਰੇ ਬ੍ਰਦਰ ਦੀ ਇੱਕ ਲਾਇਬ੍ਰੇਰੀ ਹੈ ਉਹ ਫਿਕਸ਼ਨ ਤੇ ਹੋਰ ਚੀਜ਼ਾਂ ਉਹਨਾਂ ਨੂੰ ਬੜਾ ਸ਼ੌਂਕ ਹੈ ਉਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ ਮੈਂ ਕਹਿੰਨਾ ਵੀ ਜੋ ਬੇਸਿਕਲੀ ਥੋੜਾ ਪ੍ਰੈਕਟੀਕਲ ਮਾਈਂਡਸੈਟ ਹੈ ਮੇਰਾ ਹਰ ਇੱਕ ਦਾ ਆਪਣਾ ਮਾਈਂਡਸੈਟ ਹੁੰਦਾ ਉਹਨਾਂ ਦਾ ਥੋੜਾ ਅਕੈਡੈਮਿਕ ਹੈ ਮੇਰੇ ਬ੍ਰਦਰ ਦਾ ਡੇਟ ਸਾਲ ਦਾ ਸਾਡਾ ਫਰਕ ਹੈ ਸੋ ਉਹਨਾਂ ਦੀ ਲਾਇਬ੍ਰੇਰੀ ਹੈ ਬੜੀ ਵਾਰ ਕੋਸ਼ਿਸ਼ ਵੀ ਕੀਤੀ ਹੈ ਪਰ ਮੈਨੂੰ ਜ਼ਿਆਦਾ ਸ਼ੌਂਕ ਜਿਵੇਂ ਕਰੰਟ ਇਸ਼ੂਸ ਤੇ ਮੈਂ ਪਰੰਦਾ ਜਾਂਦਾ ਲੀਗਲ ਅਸਪੈਕਟ ਜਿਹੜਾ ਇਸ਼ੂ ਦਾ ਉਹਤੇ ਜ਼ਿਆਦਾ ਪੜਨਾ ਮੈਨੂੰ ਜ਼ਿਆਦਾ ਬੈਟਰ ਲੱਗਦਾ ਮੈਨੂੰ ਐ ਲੱਗਦਾ ਵੀ ਥੋੜਾ ਜਿਹਾ ਜਿਵੇਂ ਫਿਕਸ਼ਨ ਜਿਹੜੀ ਫਿਕਸ਼ਨ ਹੈ ਉਹ ਇਟਸ ਜਸਟ ਲਾਈਕ ਅ ਮੂਵੀ ਬੰਦਾ ਟਾਈਮ ਪਾਸ ਕਰਨ ਨੂੰ ਬੁੱਕ ਪੜ ਸਕਦਾ ਹੈ ਯਾ ਮੈਨਸਮੰਦਾ ਜੇ ਲੀਗਲ ਗ੍ਰੋਥ ਹੋਵੇ ਜਾਂ ਮਾਈਂਡ ਜਿੱਥੇ ਖੁੱਲੇ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਚੀਜ਼ਾਂ ਮੈਨੂੰ ਜ਼ਿਆਦਾ ਬੈਟਰ ਲੱਗਦਾ ਅੱਛਾ ਮੋਹਿਤ ਕੋਲੇ ਵਿਜ਼ਨ ਕੀ ਹੈ ਜੇ ਮੈਂ ਯੂਥ ਕਾਂਗਰਸ ਦੀ ਆਪਾਂ ਗੱਲ ਕਰ ਲਈ ਯੂਥ ਲਈ ਕੀ ਵਿਜ਼ਨ ਹੈ ਸਪੋਰਟਸਮੈਨ ਵੀ ਰਹੇ ਹੋ ਤੁਸੀਂ ਦੇਖੋ ਜਿਮੀ ਆਪਾਂ ਸਰਕਾਰ ਦੀ ਗੱਲ ਕੀਤੀ ਸੀ ਕਿ ਆ ਵੀ ਹਾਂ ਆਲਟਰਨੇਟਿਵ ਲੋਕਾਂ ਨੂੰ ਲੱਗਦਾ ਕਾਂਗਰਸ ਹੈ ਕਾਂਗਰਸ ਆ ਗਈ ਤੁਸੀਂ ਵੀ ਸਪੋਜ਼ ਕਰੋ ਵੀ ਮਤਲਬ ਸੱਤਾ ਚਾਹ ਕੇ ਹੈਨਾ ਕੀ ਵਿਜ਼ਨ ਆ ਤੁਹਾਡਾ ਦੇਖੋ ਪੋਲਿਟਿਕਸ ਅਪਾਰਟ ਮਰਜੀ ਪੋਲਿਟਿਕਸ ਅਪਾਰਟ ਜਵਾਨੀ ਨੂੰ ਸੰਭਾਲਣ ਦੀ ਲੋੜ ਹੈ ਅ ਇਹਦੇ ਚ ਸਾਰੇ ਸਟੇਕ ਹোলਡਰਸ ਨੂੰ ਇੱਕ ਮਿੰਟ ਲਈ ਮੈਂ ਸਰਕਾਰ ਦੀ ਗੱਲ ਇੱਕ ਮਿੰਟ ਲਈ ਸਾਈਡ ਕਰਦਾ ਆਪਾਂ ਆ ਦੇਖੀਏ ਕਿ ਹੁਣ ਆਪਾਂ ਆਪਣੀ ਨੌਜਵਾਨੀ ਨੂੰ ਦਿਸ਼ਾ ਕਿ ਦੇਣੀ ਹੈ ਕੋਰ ਮੁੱਦਾ ਜੋ ਮੈਨੂੰ ਲੱਗਦਾ ਵੀ ਕਿਉਂ ਬ੍ਰੇਨ ਡレイン ਹੋ ਰਿਹਾ ਹੈ ਕਿਉਂ ਸਾਡੇ ਨੌਜਵਾਨ ਬਾਹਰ ਜਾ ਰਹੇ ਹੈ ਕਿਉਂ ਨਸ਼ਿਆਂ ਵਿੱਚ ਨੇ ਕਿਉਂ ਸਾਡੇ ਨੌਜਵਾਨ ਕਿਸਾਨੀ ਨਾਲ ਕਿਉਂ ਨਹੀਂ ਜੁੜ ਰਹੇ ਸਾਡਾ ਖੇਤੀ ਬੜੀ ਪ੍ਰਧਾਨ ਸੂਬਾ ਹੈ ਕਿਉਂ ਅਸੀਂ ਉਹਦੇ ਵਿੱਚ ਇਨੋਵੇਸ਼ਨ ਨਹੀਂ ਲੈ ਕੇ ਆ ਰਹੇ ਇਹ ਸਾਰੀਆਂ ਗੱਲਾਂ ਮੈਂ ਕਹਿੰਦਾ ਕੋਰ ਇਸ਼ੂ ਹੈਗਾ ਇਕਨੋਮਿਕ ਅਪਲਿਫਟਮੈਂਟ ਇਹ ਮਸਲਾ ਟਿੱਡਦਾ ਹੈ ਸਰ ਮਸਲਾ ਟਿੱਡਦਾ ਹੈ ਇਕਨੋਮਿਕ ਹਰ ਬੰਦਾ ਇਕਨੋਮਿਕ ਅਪਲਿਫਟਮੈਂਟ ਦੀ ਗੱਲ ਕਰ ਰਿਹਾ ਜਿਹੜਾ ਕੋਈ ਵਪਾਰ ਕਰ ਰਿਹਾ ਬਿਜ਼ਨਸ ਕਰ ਰਿਹਾ ਉਹ ਵੀ ਇਕਨੋਮਿਕ ਅਪਲਿਫਟਮੈਂਟ ਦੀ ਗੱਲ ਕਰ ਰਿਹਾ ਜਿਹੜਾ ਕੋਈ ਖੇਤੀ ਕਰ ਰਿਹਾ ਮਜ਼ਦੂਰੀ ਕਰ ਰਿਹਾ ਉਹਨੂੰ ਵੀ ਔਰ ਇਹਦੇ ਵਿੱਚ ਜਵਾਨੀ ਨੂੰ ਸੰਭਾਲਣ ਦੀ ਲੋੜ ਹੈ ਸੋ ਕਈ ਪ੍ਰੋਗਰਾਮਸ ਆਪਾਂ ਨੂੰ ਲਾਂਚ ਕਰਨ ਦੀ ਲੋੜ ਹੈ ਜਿੱਥੇ ਬੜਾ ਸੈਂਸਿਟਿਵ ਟਾਈਮ ਹੈ ਜੇ ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਨੌਜਵਾਨਾਂ ਲਈ ਔਰ ਹੁਣ ਸਾਹਮਣਾ ਕਿਉਂਕਿ ਬਹੁਤ એનર્ਜੀ ਹੁੰਦੀ ਹੈ ਨੌਜਵਾਨਾਂ 'ਚ ਉਹਨੂੰ ਜੇ ਚੈਨਲਾਈਜ਼ ਨਾ ਕੀਤਾ ਕਿਤੇ ਹੋਰ ਕਿਤੇ ਦਿਸ਼ਾਨਾ ਆਪਣਾ ਸੂਬਾ ਜਾਂ ਇਨਫੈਕਟ ਸਾਰਾ ਦੇਸ਼ ਹੋਰ ਕੋਈ ਸ਼ੇਪ ਨਾ ਲੈ ਜੇ ਸੋ ਬੜਾ ਗੰਭੀਰਤਾ ਨਾਲ ਸਾਰੇ ਸਟੇਕ ਹੇਲਡਰਸ ਨੂੰ ਭਾਵੇਂ ਸਰਕਾਰਾਂ ਨੇ ਭਾਵੇਂ ਸਿਵਲ ਸੁਸਾਇਟੀ ਹੈ ਸਾਰੇ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋਣਾ ਪੈਣਾ ਪਰ ਜਦੋਂ ਹੁਣ ਦੇਖਦਾ ਨਵੀਂ ਚਰਚਾ ਚੱਲੀ ਕਿ ਡਿਬੇਟ ਲਈ ਬੁਲਾ ਰਹੇ ਮੰਤਰੀ ਸਾਹਿਬ ਮੈਂ ਸਮਝਦਾ ਇਹ ਇਹ ਨਾ ਇਹ ਚਰਚਾ ਹੋਣੀ ਚਾਹੀਦੀ ਹੈ ਉਹਨਾਂ ਦੇ ਟਵੀਟ ਚੋਂ ਇਹ ਚੱਲ ਰਿਹਾ ਵੀ ਇਹ politically one upmanship ਜਿਹੜੀ ਹੈਗੀ ਹੈ ਨਾ ਵੀ ਮੈਂ ਕਿ ਉਹਨੂੰ ਥੱਲੇ ਦਿਖਾ ਕੇ ਆਪਣੇ ਆਪ ਨੂੰ ਕਿਵੇਂ ਵੱਡਾ ਕਰਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੌਨਫੀਡੈਂਸ ਲਓ politcal parties ਨੂੰ ਕੌਨਫੀਡੈਂਸ ਲਓ ਕਾਂਗਰਸ ਨੂੰ ਕੌਨਫੀਡੈਂਸ ਲਓ ਹਾਂ ਬਿਲਕੁਲ ਲਾਓ ਕਾਂਗਰਸ ਨੂੰ ਕੌਨਫੀਡੈਂਸ ਚ ਲਾਓ ਜੇ ਉਹ ਲੈਣ ਕਿ ਮੈਨੂੰ ਆਇਆ ਲੱਗਦਾ ਕੋਈ ਥੋੜੀ ਇੰਟਰਨਲ ਗੱਲ ਕਰ ਰਿਹਾ ਮੈਂ ਇੰਟਰਨਲ ਕਾਂਗਰਸ ਇੱਕ ਦੂਜੇ ਤੇ ਕਰੀ ਜਾਂਦੀ ਇੱਕ ਦੂਜੇ ਨੂੰ ਛੋਟਾ ਵਿਖਾਈ ਜਾਂਦੀ ਮੈਂ 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 ਥੋੜੀ ਬ੍ਰੋਡਰ ਲੈਵਲ ਤੇ ਗੱਲ ਕਰ ਰਿਹਾ ਸੀਗਾ ਇੱਕ ਗੱਲ ਉਹਨੂੰ ਮੇਰੀ ਨੂੰ ਰਜਿਸਟਰ ਹੋਣ ਦੋ ਕਿ ਵੀ ਕਿ ਯੈਸ ਤੁਸੀਂ ਸਾਰੇ ਪੰਜਾਬ ਨੂੰ ਕੌਨਫੀਡੈਂਸ ਲਓ ਹੁਣ ਕਾਂਗਰਸ ਦੀ ਗੱਲ ਆ ਗਈ ਦੇਖੋ ਟਾਈਮ ਟੂ ਟਾਈਮ ਲੀਡਰਸ਼ਿਪ ਚੇਂजेस ਹੁੰਦੀਆਂ ਨੇ ਟਾਈਮ ਟੂ ਟਾਈਮ ਕਿਸੇ ਦੀ ਕੋਈ ਮਨਸ਼ਾ ਹੁੰਦੀ ਹੈ ਕੋਈ ਸਾਡੇ ਬਾਹਰੀ ਲੀਡਰਸ ਵੀ ਆ ਜਾਂਦੇ ਨੇ ਉਹ ਚਲੇ ਜਾਂਦੇ ਨੇ ਉਹ ਹੁਣ ਜਿਵੇਂ ਸਾਡੀ ਜ਼ਿੰਮੇਵਾਰੀ ਲੱਗੀ ਹੈ ਅਸੀਂ ਨੌਜ ਕਿਉਂਕਿ ਅਜੇ 4-5 ਸਾਲ ਹੋਗੇ ਨੇ ਅਸੀਂ ਨਵੀਂ ਜਿਹੜੀ ਬਰੀਡਿੰਗ ਗਰਾਉਂਡ ਹੈ ਸਾਡਾ ਯੂਥ ਕਾਂਗਰਸ ਅਸੀਂ ਬਾਹਰੋਂ ਸਾਨੂੰ ਲੀਡਰ ਕਿਉ ਲੈ ਕੇ ਆਉਣਾ ਪਵੇ ਸਾਡੇ ਹੋਮ ਗਰਾਉਂਡ ਲੀਡਰਸ ਚਾਹੀਦੇ ਮੈਨੂੰ ਖੁਸ਼ੀ ਹੈ ਕਿ ਉਨ ਟੌਪ 2 ਪੋਸਤੇ ਕਾਂਗਰਸ ਮਾਈਂਡਡ ਲੋਕ ਨੇ ਬਾਹਰੋਂ ਸਾਨੂੰ ਨਾ ਲੈ ਕੇ ਆਉਣਾ ਪਵੇ ਸੋ ਆਫਕੋਰਸ ਕਦੇ ਉਦੋਂ ਡਿਸਪਲਿਨ ਵੀ ਭੰਗ ਹੁੰਦਾ ਹੈ ਜਿਵੇਂ ਯੂਥ ਦੀ ਤੁਸੀਂ ਗੱਲ ਕੀਤੀ ਹੈ ਯੂਥ ਨੂੰ ਸਾਂਭਣ ਦੀ ਗੱਲ ਕੀਤੀ ਹੈ ਪਿਛਲੇ 5 ਸਾਲ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਕਾਂਗਰਸ ਨੇ ਸਰਕਾਰ ਸੀਗੀ ਉਦੋਂ ਕਿਉਂ ਨਹੀਂ ਯੂਥ ਸਾਂਭਿਆਗਾ ਉਦੋਂ ਮਤਲਬ ਉਦੋਂ ਨਸ਼ਾ ਨਹੀਂ ਸੀ ਹੁਣ ਤਾਂ ਹੁਣ ਰੋਜ਼ਗਾਰ ਨਹੀਂ ਲੱਗ ਰਹੇ ਹੈ ਨਹੀਂ ਬਿਲਕੁਲ ਐਬਸੋਲੂਟਲੀ ਇਹਦੇ ਕੋਈ ਦੋ ਰਾਈ ਨਹੀਂ ਕਿ ਇਹ ਪ੍ਰੋਬਲਮ ਐਗਜ਼ਿਸਟ ਕਰ ਰਹੀ ਹੈ ਪਰ ਤੁਹਾਡੀ ਕੋ ਇੱਕ ਮੌਕਾ ਸੇਗਾ ਕਿਉਂਕਿ ਆਪਣੀ ਖੁੱਲੀ ਚਰਚਾ ਹੋ ਰਹੀ ਹੈ ਮੈਂ ਵਿੱਚ ਪੋਲਿਟিক্যাল ਤੇ ਨਾਨ ਬ੍ਰਿਟਿਕਲ ਦੋਨੋਂ ਆਪਾਂ ਗੱਲਾਂ ਕਰੀਏ ਡੇਢ ਸਾਲ ਕੋਵਿਡ ਕਰਕੇ ਤੁਸੀਂ ਉਦੋਂ ਪੜਿਆ ਵੀ ਹੋਣਾ ਲਾਕਡਾਊਨ ਲੱਗਿਆ ਜੀ ਲਾਕਡਾਊਨ ਦੇ ਵਿੱਚ ਸਾਰੀਆਂ ਸਰਵਿਸਿਜ਼ ਬੰਦ ਹੋ ਗਈਆਂ ਸਪਲਾਈ ਚੇਨ ਵੀ ਉਦੋਂ ਨਸ਼ੇ ਦੀ ਟੁੱਟੀ ਉਦੋਂ ਬਾਅਦ ਸਰਕਾਰ ਕੋਲ ਬੜਾ ਵੱਡਾ ਮੌਕਾ ਸੀ ਕਿ ਇਸ ਚੀਜ਼ ਨੂੰ ਸੀ ਪਲੱਗ ਇਨ ਕਰ ਲਈਏ ਔਰ ਉਦੋਂ ਇੱਕ ਪ੍ਰੋਗਰਾਮ ਵੀ ਚੱਲਿਆ ਸੀਗਾ ਪਹਿਲਾਂ ਕੀ ਹੁੰਦਾ ਸੀ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵਧੀਆ ਟ੍ਰੀਟਮੈਂਟ ਨਾ ਹੋਣ ਕਰਕੇ ਜਿਹੜੇ ਡਰੱਗ ਐਡਿਕਟ ਸੀਗੇ ਉਹ ਉਹਨਾਂ ਰੀਹੈਬਿਲੀਟੇਸ਼ਨ ਸੈਂਟਰਸ ਵਿੱਚ ਉਹਨਾਂ ਦੀ ਜੋ ਜੋ ਹਾਲਤ ਹੁੰਦੀ ਸੀਗੀ ਉਹ ਖਰਾਬ ਸੀਗੀ ਸੋ ਪਿਛਲੀ ਇੱਕ ਗਵਰਨਮੈਂਟ ਨੇ ਪ੍ਰੋਗਰਾਮ ਲਾਂਚ ਕੀਤਾ ਕਿ ਅਸੀਂ ਜਿਵੇਂ ਕਲੀਨਿਕਸ ਕੋਈ ਬੰਦਾ ਬਿਮਾਰ ਹੁੰਦਾ ਹੈ ਕਰੋਸਨ ਲੈਂਡ ਜਾਂ ਹੋਰ ਲੈਂਡ ਉਵੇਂ ਹੀ ਆਪਣੀ ਡੀ ਐਡਿਕਸ਼ਨ ਦਾ ਉਹ ਲੈਵਲ ਦੇਖ ਕੇ ਉਹ ਆਪਣਾ ਇੱਕ ਜਿਹਨੂੰ ਓਪੀਓਇਡ ਕਲੀਨਿਕਸ ਕਹਿੰਦੇ ਆ ਉਹ ਜਾ ਕੇ ਆਪਣਾ ਉਹ ਰਜਿਸਟਰ ਕਰਵਾ ਕੇ ਆਪਣਾ ਜੋ ਡੋਜ਼ ਜਿੰਨੇ ਹਿਸਾਬ ਨਾਲ ਉਹ ਹੌਲੀ ਹੌਲੀ ਵੇਨ ਆਫ ਕਰਨੀ ਪੈਂਦੀ ਹੈ ਇਹਨੂੰ ਇੱਕ ਬਿਮਾਰੀ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਔਰ ਤੁਸੀਂ ਹੈਰਾਨ ਮੰਨੋਗੇ 7 ਲੱਖ ਨੌਜਵਾਨਾਂ ਨੇ ਉਹਦਾ ਰਜਿਸਟਰ ਕੀਤਾ ਨੌਜਵਾਨ ਨਹੀਂ ਜਿਹੜੇ ਨਸ਼ਾ ਕਰਦੇ ਸੀਗੇ 7 ਲੱਖ ਨੌਜਵਾਨ ਨਸ਼ਾ ਜਿਹੜੇ ਕਰਦੇ ਸੀਗੇ ਸੋ ਉਸ ਤੋਂ ਬਾਅਦ ਬੜਾ ਵੱਡਾ ਮੌਕਾ ਸੀਗਾ ਇਹ ਸਰਕਾਰ ਨੂੰ ਕਿ ਉੱਥੋਂ ਬਿਲਡ ਅਪ ਕਰੋ ਨਾ ਕਿ ਪਿਛਲਾ ਸਾਰਾ ਕੁਝ ਤੈਸ ਨੈਸ ਕਰ ਦੋ ਪਿਛੇ ਵੀ ਕਮ ਹੋਏ ਨੇ ਕੋਈ ਐ ਨਹੀਂ ਹੈ ਜੇ ਭੁੱਖਮਰੀ ਇਸ ਦੇਸ਼ ਚ ਖਤਮ ਹੋਈ ਹੈ ਤਾਂ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ ਉਦੋਂ ਬਾਅਦ ਜਦੋਂ ਵਿਜਨ ਉਦੋਂ ਦੇ ਲੀਡਰ ਸਹਿਬਾਨਾਂ ਨੇ ਜਾਂ ਅਕੈਡਮਿਕਸ ਜਿਹੜੇ ਸੀਗੇ ਉਦੋਂ ਵਿਜਨ ਉਹਨਾਂ ਨੇ ਦਿਖਾਇਆ ਕਿ ਯਾਰ ਉਹ ਜੋ ਹੁਣ ਪੜ੍ਹ ਰਹੇ ਸੀਗੇ ਵੀ ਦੋ ਹਫ਼ਤਿਆਂ ਦੇ ਵਿੱਚ ਭੁੱਖਮਰੀ ਕਿਉਂਕਿ ਯੂ ਐਸ ਏ ਆਰਮ ਟਵਿਸਟ ਕਰਦਾ ਸੀ ਇੰਡੀਆ ਨੂੰ ਸਾਨੂੰ ਉਥੋਂ ਅਨਾਜ ਲੈਣਾ ਪੈਂਦਾ ਸੀ ਅਸੀਂ ਸ ਉਹ ਆਤਮਨਰ ਪਰ ਦਿਗਲ ਹੁਣ ਮੋਦੀ ਜੀ ਕਰ ਰਹੇ 70 ਸਾਲਸ ਕੁਝ ਨਹੀਂ ਹੋਏ ਭੁੱਖਮਰੀ ਅਸੀਂ ਭੁੱਖਮਰੀ ਤੋਂ ਬਾਅਦ ਅਸੀਂ ਐਕਸਪੋਰਟਰ ਆਫ ਫੂਡ ਬਣੇ ਆਂ ਔਰ ਇਹਦੇ ਕਿਸਾਨਾਂ ਦਾ ਸਾਰੇ ਸਟੇਕ ਹোলਡਰਸ ਇਕੱਠੇ ਹੋਏ ਜੀ ਉਵੇਂ ਸਟੇਕ ਹোলਡਰਸ ਨੂੰ ਇਕੱਠੇ ਹੋਣਾ ਪੈਣਾ ਹੈ ਮੋਦੀ ਆਪਾਂ ਹੋਰ ਵੀ ਗੱਲਾਂ ਕਰਦੇ ਆ ਹਨਾ ਪੋਲੀਟੀਕਲ ਛੱਡ ਕੇ ਜਿਵੇਂ ਤੁਸੀਂ ਕਰੈਕਟਰ ਸੀਗੇ ਲੋਬੀ ਕਰ ਲਈ ਮਤਲਬ ਹੁਣ ਹੁਣ ਪੋਲੀਟਿਕਸ ਚ ਆ ਗਏ ਆਮ ਕਿਆ ਜਾਂਦਾ ਵੀ ਕਾਲੇ ਤੇ ਚਿੱਟੇ ਕੱਪੜੇ ਆਣਾ ਤੋਂ ਦੂਰ ਰਹੀਦਾ ਲੋਕ ਡਰਦੇ ਹੁੰਦੇ ਆ ਵਕੀਲਾਂ ਤੋਂ ਵੀ ਦੂਰ ਰਹੀਦਾ ਬਸ ਨਾ ਪਾ ਮੇਰਾ ਪਹਿਨਾਂ ਦੇ ਤੇ ਹਨਾ ਲੀਡਰਾਂ ਤੋਂ ਵੀ ਦੂਰ ਰਹਿੰਦੇ ਆ ਲੋਕ ਚਲੋ ਉਤਾਰਨਾ ਮੰਨ ਗਈ ਪਰ ਮਤਲਬ ਇਹ ਦੋਵੇਂ ਹਾਂ ਧਾਰਨਾ ਬਣ ਗਈ ਇੱਕ ਪਾਸੇ ਕਾਲਾ ਕੋਟ ਇੱਕ ਪਾਸੇ ਚਿੱਟਾ ਕੜਤਾ ਪਜਾਮਾ ਹਨਾ ਇੱਕ ਪਾਸੇ ਦੀ ਵੀ ਗੱਲ ਇੱਕ ਪਾਸੇ ਪਰਮਾਤਮਾ ਸਾਹਿਬ ਨੂੰ ਚੰਗੀ ਸੇਤ ਦੇਵੇ ਡਾਕਟਰ ਵੀ ਵਿੱਚ ਤਾਂ ਵੀ ਗੱਲ ਹੁੰਦੀ ਆ ਤੰਨਾ ਦੀ ਆਪਾਂ ਗੱਲ ਕਰ ਲੈਂਦੇ ਆ ਤੀਜੇ ਪਾਸੇ ਮਤਲਬ ਬੈਟ ਆ ਗਿਆ ਮਤਲਬ ਬੈਟ ਕਾ ਤੋਂ ਛੱਡਦਾ ਫਿਰ ਉਹ ਦੇਖੋ ਹਾਂ ਦੇਖੋ ਇੱਕ ਹਰ ਬੰਦਾ ਦੀ ਲਾਈਫ ਦੀ ਸਟੇਜ ਹੁੰਦੀ ਹੈ ਜੀ ਉਹ ਸਟੇਜ ਜਦੋਂ ਉਹ ਆਈ ਜਦੋਂ ਮੈਨੂੰ ਲੱਗਿਆ ਕਿ ਹੁਣ ਦਿਸ਼ਾ ਨਵੀਂ ਦੇਣੀ ਹੈ ਜ਼ਿੰਦਗੀ ਨੂੰ ਉਦੋਂ ਮਨ ਚ ਬਸ ਇੱਕੋ ਵਾਰ ਥਾਟ ਆਇਆ ਮੈਂ ਕਰੇ ਗੱਲ ਕੀਤੀ ਉਹ ਵੀ ਬੜਾ ਹੈਰਾਨ ਹੋਏ ਵੀ ਇਹ ਕਿਉਂ ਇਹਨੇ ਆ ਗੱਲ ਕੀਤੀ ਹੈ ਪਰ ਮੈਨੂੰ ਸਹੀ ਦੱਸਾਂ ਮੈਨੂੰ ਬੜੀ ਖੁੱਲੀ ਸਪੋਰਟ ਪਰਿਵਾਰ ਵੱਲੋਂ ਰਹੀ ਹੈ ਜੋ ਫੋਲੋ ਕਰਨਾ ਹੈ ਉਹ ਕਰੋ ਪੋਲਿਟਿਕਸ ਵੀ ਓਨਲੀ ਮੈਨੂੰ ਇੱਕ ਵਾਰ ਵੀ ਮੇਰੇ ਪਰਿਵਾਰ ਨੇ ਨਹੀਂ ਕਿਹਾ ਮੇਰੇ ਬ੍ਰਦਰ ਆਮ ਆਮਾਈ ਵੀ ਹੁੰਦਾ ਹੈ ਨਾ ਮੋਹਜੀ ਮਤਲਬ ਜਿਵੇਂ ਹੁਣ ਸਪੋਜ਼ ਕਰੋ ਹੈ ਨਾ ਮਤਲਬ ਇੱਕ ਸੱਤਾ ਹੈ ਪਰਿਵਾਰ ਕੋਲੇ ਹੈ ਨਾ ਕਿਸੇ ਹਲਕੇ ਦੀ ਹੈ ਨਾ ਤਾਂ ਮਤਲਬ ਉਹ ਹੁੰਦਾ ਹੈ ਨਾ ਇੱਕ ਮਤਲਬ ਇੱਕ ਲੈਗੇਸੀ ਤਾਂ ਹੁੰਦੀ ਹੈ ਨਾ ਵੀ ਹਾਂ ਅਸੀਂ ਕੰਟਰੋਲ ਕਰਨਾ ਇਸ ਮਤਲਬ ਉਹ ਬਣ ਜਾਂਦਾ ਇੱਕ ਹੈ ਨਾ ਉਹ ਉਦਾਂ ਦਾ ਔਰਾ ਬਣ ਜਾਂਦਾ ਜਿਵੇਂ ਮਤਲਬ ਪਰਿਵਾਰਵਾਦੀ ਇਲਜ਼ਾਮ ਲੱਗਦੇ ਹੈ ਨਾ ਪਾਰਟੀਆਂ ਦੇ ਉੱਤੇ ਲੋਕਾਂ ਦੇ ਉੱਤੇ ਵੀ ਪਰਿਵਾਰਵਾਦ ਇੱਕ ਪਰਿਵਾਰ ਚਲਾਉਂਦਾ ਹੈ ਨਾ ਇਹ ਹਲਕੇ ਨੂੰ ਹੀ ਐਦਾਂ ਹੈ ਨਾ ਹਰ ਇੱਕ ਪਰਿਵਾਰ ਦੀ ਲੱਗਦੇ ਹੁੰਦੇ ਹੈ ਜਿਹੜਾ ਉਸ ਹਲਕੇ ਦੇ ਵਿੱਚ ਬੈਠਾ ਹੁੰਦਾ ਹੈ ਕਿਤੇ ਨਾ ਕਿਤੇ ਪੋਲੀਟੀਸ਼ੀਨਾਂ ਦੇ ਜਵਾਕਾਂ ਦੇ ਇਹ ਵੀ ਪ੍ਰੈਸ਼ਰ ਹੁੰਦਾ ਵੀ ਹਾਂ ਵੀ ਆਉਣਾ ਹੀ ਆਉਣਾ ਪੋਲੀਟਿਕਸ ਦੇ ਵਿੱਚ ਵੱਡਾ ਨਹੀਂ ਆਊਗਾ ਛੋਟਾ ਆਊਗਾ ਛੋਟਾ ਨਹੀਂ ਆਊਗਾ ਤਾਂ ਹੋਰ ਆਊਗਾ ਕੋਈ ਕਈਆਂ ਕਈਆਂ ਤੇ ਹੋ ਸਕਦਾ ਹੈ ਪਰ ਮਤਲਬ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਕਦੇ ਵੀ ਹੈ ਜਾਂ ਕੋਈ ਪ੍ਰੈਸ਼ਰ ਨਹੀਂ ਔਰ ਜਿੱਦਨ ਸੋਚ ਲਿਆ ਕਿ ਵੀ ਰਾਜਨੀਤੀ ਵੀ ਨਹੀਂ ਕਰਨੀ ਉਦੋਂ ਵੀ ਖੁੱਲੀ ਸਪੋਰਟ ਹੋਗੀ ਦੇਖੋ ਰਾਜਨੀਤਿਕ ਸੈਪਰੇਟ ਇੱਕ ਫੀਲਡ ਹੈ ਇਹਦਾ ਇੱਕ ਸ਼ੌਂਕ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਔਰ ਜਜ਼ਬਾ ਹੌਲੀ ਹੌਲੀ ਪੈਦਾ ਹੁੰਦਾ ਔਰ ਇੱਕ 프로ਫੈਸ਼ਨਲ ਲਾਈਫ ਤੁਹਾਡੀ ਡਿਫਰੈਂਟ ਹੁੰਦੀ ਹੈ ਜਦੋਂ ਮੈਂ ਕਿਹਾ ਪੇਸ਼ੇ ਤੋਂ ਸੀ ਵਕੀਲ ਹ ਹ ਦੋਨੋਂ ਪ੍ਰਾ ਸੋ ਉਹ ਇੱਕ ਬਿਲਕੁਲ ਉਹਨੂੰ ਸੈਪਰੇਟ ਰੱਖਣਾ ਬੜਾ ਜ਼ਰੂਰੀ ਹੈ ਤਾਂ ਹੀ ਮੈਂ ਕਹਿੰਦਾ ਕੋਈ ਪ੍ਰੈਸ਼ਰ ਨਹੀਂ ਹੈ ਇੱਕ ਤਾਂ ਸਿਰਫ ਪਾਰਟੀ ਲਈ ਕੰਮ ਕਰਨਾ ਸ਼ੌਂਕ ਔਰ ਜਿਹੜੀਆਂ ਸਾਂਝਾਂ ਜਿਵੇਂ ਮੈਂ ਤੁਹਾਨੂੰ ਕਿਹਾ ਪੁਰਾਣੀਆਂ ਸਾਂਝਾਂ ਔਰ ਬਿਲਕੁਲ ਸੋਸਾਇਟੀ ਵਿੱਚ ਕੋਈ ਫਰਕ ਪਾ ਸਕੀ ਹੈ ਕੁਝ ਵੈਲਿਊ ਐਡ ਕਰ ਸਕੀ ਹੈ ਜਦੋਂ ਲੋਕਾਂ ਨੂੰ ਲੱਗੂਗਾ ਵੀ ਨਹੀਂ ਤੁਸੀਂ ਨਹੀਂ ਕਰ ਸਕਦੇ ਆ ਪਾਰਟੀ ਦੇ ਲੋਕਾਂ ਨੂੰ ਲੱਗੂਗਾ ਬਿਲਕੁਲ ਪਿੱਛੇ ਹਟਾਂਗੇ ਪਰ ਗੱਲ ਇਹ ਹੈ ਕਿ ਵੀ ਇਸ ਕਾਰਨ ਸਾਨੂੰ ਵਾਂਝੇ ਵੀ ਨਾ ਰੱਖਿਆ ਜਾਵੇ ਕੁਝ ਕੋ ਸੋਸਾਇਟੀ ਜ ਵਧੀਆ ਕੰਟ੍ਰਿਬਿਊਟ ਕਰਨ ਤੋਂ ਜੇ ਕੋਈ ਵੀ ਵਿਅਕਤੀ ਚੰਗਾ ਕੰਟ੍ਰਿਬਿਊਟ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਓਪਰਚੁਨਿਟੀ ਮਿਲਣੀ ਚਾਹੀਦੀ ਹੈ ਔਰ ਯੈਸ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਰਹਾ ਹੋਰ ਆਪਾਂ ਦੇਖਦੇ ਹਾਂ ਵੀ ਹਾਂ ਪੋਲਿਟੀਕਲ ਫੈਮਿਲੀ ਪ੍ਰੈਸ਼ਰ ਹੁੰਦਾ ਹੈ ਕਿ ਆ ਲੈਗੇਸੀ ਸੰਭੋਏਂ ਕਰੋ ਮੇਰੇ ਫਾਦਰ ਜਾਂ ਮੇਰੇ ਮਦਰ ਕਿਉਂਕਿ ਮੇਰੇ ਮਦਰ ਤਾਂ ਟੋਟਲੀ ਨਾਨ ਪੋਲਿਟੀਕਲ ਮੇਰੇ ਫਾਦਰ ਵੀ ਨਾਨ ਪੋਲਿਟੀਕਲ ਬੈਕਗਰਾਉਂਡ ਤੋਂ ਸੀਗੇ ਮੇਰੇ ਜਿਹੜਾ ਦਾਦ ਦਾ ਪਰਿਵਾਰ ਹੈ ਉਹ ਫਰੀडम ਸਟਰਗਲ ਚ ਉਹਨਾਂ ਨੇ ਚਲਾਈ ਹੈ ਪਾਰਟ ਲਿਆ ਉਦੋਂ ਹਰ ਪਰਿਵਾਰ ਲੈਂਦਾ ਸੀਗਾ ਸੋ ਫਾਦਰ ਨੇ ਕਦੇ ਇਹ ਜੀ ਗੱਲ ਆਈ ਨਹੀਂ ਸੋ ਮੇਰੇ ਤੇ ਕਦੇ ਕੋਈ ਪ੍ਰੈਸ਼ਰ ਨਹੀਂ ਰਿਹਾ ਜਦ ਮੈਂ ਵਕਾਲਤ ਦੀ ਤੁਸੀਂ ਗੱਲ ਕਰ ਰਹੇ ਹੋ ਯਾਦਾ ਤੁਹਾਡੇ ਮਤਲਬ ਇੰਟਰਨਸ਼ਿਪ ਕਿਹਦੇ ਕੋਲ ਲਾਈ ਸੀ ਕਿਹੜੇ ਵਕੀਲ ਤੋਂ ਸਿੱਖੇ ਸੀ ਪਹਿਲੀ ਵਾਰੀ ਮਿਸਟਰ ਮਨਸੂਰ ਅਲੀ ਉਹ ਹਾਈ ਕੋਰਟ ਵਿੱਚ ਹਮੇ ਵੀ ਉਹਨਾਂ ਦਾ ਅਸੀਂ ਜਾਣੇ ਆਸ਼ੀਰਵਾਦ ਲੈਣੇ ਆਂ ਔਰ ਉਹਨਾਂ ਨਾਲ ਕੰਮ ਕੀਤਾ ਔਰ ਬੜਾ ਅੱਛਾ ਐਕਸਪੀਰੀਅੰਸ ਰਿਹਾ ਔਰ ਖੁਸ਼ਕਿਸਮਤੀ ਹੈ ਮੈਨੂੰ ਕਿ ਬੜੇ ਇੱਕ ਸੀਨੀਅਰ ਐਡਵੋਕੇਟ ਨਾਲ ਕੰਮ ਕਰਨ ਦਾ ਮੌਕਾ ਮਿਲੇ ਪਹਿਲੇ ਦਿਨ ਗਿਆ ਉਹ ਉਹ ਅਵੇਲੇਬਲ ਨਹੀਂ ਸਗੇ ਅੱਛਾ ਤੇ ਉਹਨਾਂ ਨੇ ਫਿਰ ਮੈਨੂੰ ਖੜਾ ਕਰਤਾ ਉਹ ਕਹਿੰਦੇ ਤੂੰ ਡੇਟ ਲੈ ਕੇ ਆਉਣੀ ਆ ਨਹੀਂ ਡੇਟ ਨਹੀਂ ਪਾਸਓਵਰ ਲੈ ਲਓਗੇ ਉਦੋਂ ਫਿਰ ਪਹਿਲੀ ਵਾਰ ਜਦੋਂ ਪਹਿਲੇ ਦਿਨ ਹੀ ਕਿਹਾ ਮੈਨੂੰ ਕੁਝ ਪਤਾ ਨਹੀਂ ਸੀ ਪ੍ਰੋਸੀਜਰ ਦਾ ਤਾਂ ਉਹਨਾਂ ਨੇ ਆਇਆ ਕਰਕੇ ਉਦੋਂ ਫਿਰ ਹੌਲੀ ਹੌਲੀ ਜਦੋਂ ਗਏ ਤਾਂ ਪਾਸਓਵਰ ਲਿੱਤਾ ਤੇ ਪਹਿਲੇ ਦਿਨ ਜੱਜ ਸਾਹਮਣੇ ਗਏ ਜਾਂ ਮਤਲਬ ਬਹੁਤ ਨਰਵਸਨੈਸ ਹੁੰਦੀ ਬਹੁਤ ਨਰਵਸਨੈਸ ਹੁੰਦੀ ਆ ਬੜਾ ਦੱਸੂ ਕੋਈ ਕਿੱਸਾ ਨਹੀਂ ਉਹ ਕਿੱਸਾ ਤਾਂ ਇਹ ਵੀ ਬਿਨਾ ਸੋਚੇ ਸਮਝੇ ਉਹ ਕਹਿੰਦੇ ਆ ਚੀਜ਼ ਕਹਦੇ ਵਸ ਤੂੰ ਕਿਉਂਕਿ ਅੱਛਾ ਉਸ ਤੋਂ ਪਹਿਲਾਂ ਸਪੀਚਾਂਸ ਪੁੱਛਾਂ ਦੇਣ ਦਾ ਥੋੜਾ ਆ ਗਏ ਸੀਗੇ ਪੋਲਿਟਿਕਸ ਵਿੱਚ ਪਰ ਜਦੋਂ ਜੱਜ ਅੱਗੇ ਹਜ਼ਾਰ ਬੰਦੇ ਅੱਗੇ ਗੱਲ ਕਰਨੀ ਵੱਖਰੀ ਗੱਲ ਹੈ ਪਰ ਇੱਕ ਜੱਜ ਅੱਗੇ ਪੇਸ਼ ਹੋਣਾ ਔਰ ਗੱਲ ਰੱਖਣੀ ਉਹ ਬੜਾ ਇੱਕ ਪਹਿਲਾ ਐਕਸਪੀਰੀਅੰਸ ਬਹੁਤ ਜ਼ਿਆਦਾ ਨਰਵਸ ਸੀ ਮੈਂ ਹੌਲੀ ਹੌਲੀ ਖੁੱਲੇ ਯਾਦ ਹੈ ਪਹਿਲੀ ਵਾਰ ਕਦੋਂ ਗਈ ਸੀ ਮੈਂ 2014 ਚ ਆਪਣੀ ਲਾਅ ਪੂਰੀ ਕੀਤੀ ਤੇ ਮੈਂ ਡਿਪਲੋਮਾ ਕਰਨ ਇੰਗਲੈਂਡਸ ਗਿਆ ਸੀਗਾ ਕਿਉਂਕਿ ਜਦੋਂ ਮੈਂ ਜਦੋਂ ਹੀ ਮੈਂ ਇੱਕ ਕ੍ਰਿਕਟ ਛੱਡੀ ਮੈਂ ਚਾਹੁੰਦਾ ਸੀ ਕਿ ਉਹ ਸਿਸਟਮ ਇੱਕ ਕਾਮਨ ਲਾਅ ਸਿਸਟਮ ਤੇ ਆਪਣਾ ਕੰਟਰੀ ਚੱਲਦਾ ਤੇ ਉਹ ਕੰਟਰੀ ਜਿੱਥੋਂ ਕਾਮਨ ਲਾਅ ਸਟਾਰਟ ਹੋਇਆ ਉਥੋਂ ਦਾ ਜਰੂਰ ਇੱਕ ਵਾਰ ਪੜ੍ਹ ਗਿਆ ਹੋਣਾ ਚਾਹੀਦਾ ਸੋ ਜਦੋਂ ਪੜ੍ਹੇ ਤਾਂ ਦਿਮਾਗ ਦੇ ਜਿਹੜੇ ਫਾਟਕ ਹੈ ਉਹ ਖੁੱਲਦੇ ਵੀ ਨੇ ਕਿ ਕੀ ਕਿਵੇਂ ਈਵੋਲਵ ਹੋਇਆ ਕਸਟਮਸ ਤੋਂ ਕਿਵੇਂ ਲਾਅ ਬਣਿਆ ਕਿਵੇਂ ਇੰਡੀਆ ਚ ਆਇਆ ਹੁਣ ਕੀ ਦਿੱਕਤਾਂ ਨੇ ਹੁਣ ਕਿਵੇਂ ਅਸੀਂ ਈਵੋਲਵ ਕਰਨਾ ਹੈ ਮਾਡਰਨ ਇੰਡੀਆ ਦੇ ਨਾਲ ਉਹਨਾਂ ਉਸ ਲੀਗਲ ਸਿਸਟਮ ਨੂੰ ਕਿਵੇਂ ਉਹਦਾ ਯੂ ਨੋ ਉਹਨੂੰ ਕਿਵੇਂ ਰੈਲੇਵੈਂਟ ਰੱਖਣਾ ਕਿਵੇਂ ਟੁਕਵਾ ਸਾਡਾ ਸਿਸਟਮ ਹੋਣਾ ਚਾਹੀਦਾ ਔਰ ਈਵੋਲੂਸ਼ਨ ਕੀ ਹੋਣੀ ਚਾਹੀਦੀ ਹੈ ਹੁਣ ਕੀ ਸਟੱ ਹਜੇ ਬਹੁਤ ਘੱਟ ਘਟ ਗਿਆ ਕਿਉਂਕਿ ਦੇਖੋ ਮੇਰਾ ਇਹ ਹੁੰਦਾ ਵੀ ਜਦੋਂ ਸਿਨਸੇਰਿਟੀ ਨਾਲ ਕੋਈ ਵੀ ਕੰਮ ਕਰਨਾ ਹੈ ਤਾਂ ਟਾਈਮ ਲੱਗਦਾ ਉਹ ਹੁਣ ਟੋਟਲ ਟਾਈਮ ਡਿਵੋਟ ਕਰ ਰਹੇ ਹੈ ਉਹ ਸੰਗਠਨ ਨੂੰ ਕੀਤਾ ਹੋਇਆ ਸਾਰਾ ਟਾਈਮ ਕਿਉਂਕਿ ਉਮੀਦਾਂ ਬੜੀਆਂ ਉਮੀਦਾਂ ਨਾਲ 452000 ਨੌਜਵਾਨਾਂ ਨੇ ਮੈਂਬਰਸ਼ਿਪ ਕੀਤੀ ਸੀਗੀ ਔਰ ਉਹਨਾਂ ਚੋ ਮੈਜੋਰਿਟੀ ਨੇ ਇਹ ਕਿਹਾ ਕਿ ਵੀ 모হিত ਸਾਡਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਉਹਨਾਂ ਦੀਆਂ ਉਮੀਦਾਂ ਨੇ ਪਾਰਟੀ ਦੇ ਜਿਹੜੇ ਵੱਡੇ ਲੀਡਰ ਹੈ ਉਹਨਾਂ ਦੀਆਂ ਯੂਥ ਕਾਂਗਰਸ ਤੋਂ ਬੜੀਆਂ ਉਮੀਦਾਂ ਨੇ ਔਰ ਯੂਥ ਕਾਂਗਰਸ ਚੰਗਾ ਇੱਕ ਵੈਲਿਊ ਐਡ ਕਰ ਸਕੇ ਕਾਂਗਰਸ ਦੇ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਇਹ ਮੇਰਾ ਮੰਨ ਹੈ ਕਿਉਂਕਿ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਯੂਥ ਕਾਂਗਰਸ ਇੱਕ ਪਲੈਟਫਾਰਮ ਬਣ ਗਿਆ ਸੀ ਕਿ ਵੱਡੇ ਲੀਡਰਸ ਨੂੰ ਬਸ ਤੁਸੀਂ ਤੋ ਕੀ ਚਲੋ ਤੇ ਕੋਈ ਜਾਬਤਾ ਨਹੀਂ ਕੁਛ ਨਹੀਂ ਇਹ ਇੰਪੋਰਟੈਂਟ ਹੈ ਕਿ ਅਸੀਂ ਵੱਡਿਆਂ ਦੀ ਰਿਸਪੈਕਟ ਕਰੀਏ ਜਿਵੇਂ ਰਾਜਾ ਵੜਿੰਗ ਜੀ ਕਹਿੰਦੇ ਆ ਕਿ ਮੈਂ ਵੱਡੇ ਲੀਡਰਸ ਦੇ ਨਾਲ ਰਹਿ ਰਹਿ ਕੇ ਹੌਲੀ ਹੌਲੀ ਗrow ਕੀਤਾ ਕਿਸ ਦੇ ਖਿਲਾਫ ਨਹੀਂ ਬੋਲਿਆ ਯੂਥ ਕਾਂਗਰਸ ਦਾ ਪ੍ਰੋਡਕਟ ਹੈ ਆਰਟ ਆਫ ਪੋਲਿਟਿਕਸ ਵੀ ਇੱਕ ਆਰਟ ਹੈ ਤੁਸੀਂ ਬਿਲਕੁਲ ਜਦੋਂ ਕੋਈ ਰਾਈਟ ਤੁਹਾਡੇ ਉਲੰਘਣਾ ਹੋ ਰਹੀ ਹੈ ਤੁਹਾਡੇ ਰਾਈਟਸ ਦੀ ਜਰੂਰ ਆਪਣੀ ਗੱਲ ਰੱਖੋ ਪਰ ਜਾਬਤੇ ਰਹਿਣਾ ਬੜਾ ਜ਼ਰੂਰੀ ਹੈ ਸਾਰੀਆਂ ਗੱਲਾਂ ਦਾ ਮਿਸ਼ਰਣ ਹੈ ਸ਼ੌਂਕੀਆ ਤੁਹਾਡੇ ਤੁਹਾਨੂੰ ਦੱਸਾਂ ਮੈਂ ਕੁਛ ਵੀ ਨਹੀਂ ਸਿਰਫ ਸਪੋਰਟਸ ਸੀਗਾ ਇੱਕ ਸ਼ੌਂਕ ਹੋਰ ਕੋਈ ਪੈਦਾ ਹੋਇਆ ਹੀ ਨਹੀਂ ਜਦੋਂ ਸ਼ੌਂਕ ਇੱਕੋ ਸੀ ਉਦੋਂ ਖੇਡਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ 9-9 ਵਜੇ ਤੱਕ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਰਤਿੰਦਰ ਸੋਢੀ ਇੰਡੀਆ ਕ੍ਰਿਕਟਰ ਉਹਨਾਂ ਦੇ ਫਾਦਰ ਨੇ ਮੈਨੂੰ ਬੈਟ ਫੜਨਾ ਸਿਖਾਇਆ ਸੀ 6 ਸਾਲ ਦੀ ਉਮਰ 'ਚ ਉਦੋਂ ਤੋਂ ਲੈ ਕੇ ਅਸੀਂ ਮੈਂ ਕ੍ਰਿਕਟ ਪਿਚ ਪਿਚ ਤੇ ਰਿਆ ਤੇ ਹੁਣ ਤੁਸੀਂ ਦੇਖੋਗੇ ਫ੍ਰੀ ਟਾਈਮ 'ਚ ਜੋ ਮੈਂ ਕਿਹਾ ਵੀ ক্রিকেট ਹੀ ਸੀਗਾ। ਹੋਰ ਹੁਣ ਇਦਾਂ ਵੀ ਹੁਣ ਸੰਗਠਨ ਹੀ ਹੈ। ਸੋ ਫ੍ਰੀ ਟਾਈਮ ਸਿਰ ਪਰਿਵਾਰ ਨਾਲ ਗੱਲਾਂ ਬਾਤਾਂ ਮਾਰਨਾ ਜਾਂ Netflix ਕਰ ਲੋ ਜਾਂ ਮਾੜਾ ਮੋਟਾ ਸੀਰੀਜ਼ ਦੇਖਦੇ ਹਾਂ। ਮਾਈਂਡ ਆਫ ਕਰਨ ਲਈ ਕੁਝ ਨਵਾਂ ਕੁਝ ਕਰਨਾ ਪੈਂਦਾ ਹੈ। ਰੀਸੈਂਟ ਕਿਹੜੀ ਦੇਖੀ ਹੈ? ਰੀਸੈਂਟ ਉਹ ਉਹ ਅ ਇੰਗਲਿਸ਼ ਮੂਵੀ ਆਹ ਓ ਮਾਈ ਗਾਡ ਟੂ ਦੇਖੀ ਸੀਗੀ ਤੇ ਉਹ ਇੱਕ ਨਵੀਂ ਡਿਬੇਟ ਚੜੀ ਉਸ ਮੂਵੀ ਨੇ ਕਿ ਵੀ ਜਿਹੜੀ ਸੈਕਸ ਐਜੂਕੇਸ਼ਨ ਹੈ ਕੀ ਉਹ ਤੇ ਗੱਲ ਹੋਣੀ ਚਾਹੀਦੀ ਹੈ ਸੋ ਉਹ ਇੱਕ ਬੜਾ ਇੱਕ ਡਿਫਰੈਂਟ ਮੈਸੇਜ ਸੋਸਾਇਟੀ ਦੇ ਵਿੱਚ ਉਹਨੇ ਦਿੱਤਾ ਸੋ ਗੱਲ ਦੇਖ ਬੜਾ ਲਾਈਟਲੀ ਲਾਈ ਸੀ ਬਟ ਇੱਕ ਬੜਾ ਡੀਪ ਮੈਸੇਜ ਉਹ ਮੂਵੀ ਨੇ ਦਿੱਤਾ ਹੂਰ ਕੀ ਕੀ ਦੇਖਦੇ Netflix ਤੇ ਸੀਰੀਜ਼ ਦੇਖੀ ਦੀਆਂ ਉਹ ਕਈ ਹੁਣ ਹੋਰ ਸੀਰੀਜ਼ ਜਿਹਨੇ हाउस ऑफ कार्ड्स ओ मैं बड़ा अच्छा लगता सिगा hmm. और कई बार मूवी कोई घरे देख रहे होंगे तो बड़ा लाइटली देखी दी hmm. फिल्म कोई hmm. पंजाबी फिल्म भी पंजाबी फिल्म भी सारिया और कॉमेडीज स्पेशली पंजाबी जो कॉमेडीज हैं वो hmm. सारे नौजवान पसंद करते हैं सो मैं समझ नहीं करता चलो ठीक है अगे मैं मैं ना रवनीत बिट्टू को बैठा तो ਮੈਂ ਕਾਹੀ ਫਿਲਮਾਂ ਫਲਮਾਂ ਕਹਿੰਦੇ ਯਾਰ ਮੈਂ ਕਮੇਡੀ ਫਿਲਮਾਂ ਚਾਹਦਾ ਮਨ ਤੁਹੀ ਲੱਗਦਾ ਸੀਰੀਅਸ ਮੈਂ ਕਮੇਡੀ ਫਿਲਮਾਂ ਕਹਿੰਦੇ ਮੈਨੂੰ ਐ ਲੱਗਦਾ ਵੀ ਹਰ ਵਿਅਕਤੀ ਨਾ ਟਾਈਮ ਆਫ ਵਾਸਤੇ ਥੋੜਾ ਹਾਸਾ ਖੇਡਾ ਜੋ ਪਰਿਵਾਰ ਚ ਹੈਗਾ ਹਾਸਾ ਖੇਡਾ ਚ ਛੋਟੇ ਛੋਟੇ ਮਜ਼ਾਕ ਨੇ ਉਹਨਾਂ ਨਾਲ ਇੱਕ ਵੈਂਟ ਕਰਨ ਦਾ ਕਿਉਂਕਿ emotions ਨੇ ਉਹ ਵੈਂਟ ਕਰਨਾ ਪੈਂਦਾ ਸੋ ਬਿਲਕੁਲ ਸਹੀ ਗੱਲ ਹੈ ਵੀ ਕਈ ਵਾਰ ਬੰਦਾ ਸੀਰੀਅਸ ਲੱਗਦਾ ਹੁੰਦਾ ਬਸ ਇੱਕ ਸਾਈਡ ਹੁੰਦੀ ਹੈ ਜਿੱਥੇ ਉਹ ਚਾਹੁੰਦਾ ਵੀ ਮੈਂ ਆਪਣਾ ਸਵਿਚ ਆਫ ਕਰਾਂ ਦੁਨੀਆ ਤੋਂ ਸਵਿਚ ਆਫ ਕਰਾਂ ਸਹੀ ਆਪਾਂ ਵੀ ਕਰੀਏ ਸੱਚਾ ਬੈਕੋ ਠੀਕ ਹੈ ਹਣਾ ਸਾਰੀਆਂ ਲਗਭਗ ਕੁਝ ਰਹਿ ਤਾਂ ਨਹੀਂ ਗਿਆ ਨਹੀਂ ਨਹੀਂ ਮੇਰੇ ਖਿਆਲ ਕਵਰਡ ਹੈ ਜੇ ਰਹਿ ਜੂਗਾ ਦਵਾਰ ਆਵਾਂਗੇ ਤੁਹਾਡੇ ਕੋਲ ਜਾਦਾ ਥੋੜਾ ਪੋਲੀਟੀਕਲ ਜਾ ਹੋ ਗਿਆ ਵੈਸੀ ਨਹੀਂ ਇੰਪੋਰਟੈਂਟ ਹੈ ਜੀ ਅਸੀਂ ਪੋਲੀਟੀਕਲੀ ਕਿੱਥੇ ਜਾਣਾ ਹੈ ਇਹ ਬੜਾ ਇੰਪੋਰਟੈਂਟ ਹੈ ਔਰ ਟਾਈਮ ਟੂ ਟਾਈਮ ਇਹ ਚਰਚਾਾਂ ਮਾ ਹੁੰਦੀਆਂ ਰਹਿਣੀਆਂ ਚਾਹੀਦੀਆਂ ਕਿ ਕਿਵੇਂ ਪੋਲੀਟਿਕਸ ਇਵੋਲਵ ਹੋ ਰਹੀ ਹੈ ਅੱਜ ਪੋਲੀਟੀਕਲ ਸਿਚੁਏਸ਼ਨ ਬੜੀ ਲੂਸਿਡ ਹੈ ਔਰ ਲੋਕ ਲੋਕਾਂ ਬੜੀ ਉਮੀਦਾਂ ਨਾਲ ਇਹ ਸਰਕਾਰ ਬਣਾਈ ਸਗੀ ਔਰ ਉਮੀਦਾਂ ਤੇ ਕਿਵੇਂ ਹੁੰਦਾ ਹੈ ਕਿ ਹੋਪ ਜਤਾਈ ਸੀਗੀ ਹੁਣ ਕੀ ਸ਼ੇਪ ਲੈਂਦੀ ਹੈ ਨਵੀਂ ਪੋਲੀਟੀਕਲ ਲੈਂਡਸਕੇਪ ਕੀ ਸ਼ੇਪ ਲੈਂਦਾ ਇਹ ਸਾਰੀਆਂ ਚੀਜ਼ਾਂ ਅਨਲਾਈਜ਼ ਸਾਨੂੰ ਵਾਚ ਕਰਨੀਆਂ ਪੈਣਗੀਆਂ ਖਾਸ ਤੌਰ ਤੇ ਨੌਜਵਾਨਾਂ ਨੂੰ ਆਪਣੇ ਵਰਗੇ ਨੌਜਵਾਨਾਂ ਨੂੰ ਜੀ ਸ਼ੁਕਰੀਆ ਜੀ ਥੈਂਕ ਯੂ ਮਿਹਰਬਾਨੀ ਜੀ ਇਸਕੇ 모హిత ਮਹਿੰਦਰਾ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਕਹ ਰਹੇ ਨੇ ਕਿ ਯੂਥ ਨੂੰ ਸਪੋਰਟਸ ਨਾਲ ਜੋੜਾਂਗੇ ਤੇ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਕਾਂਗਰਸ ਵੀ ਤਰਨੇ ਦੇ ਰਹੀ ਹੈ ਸਰਕਾਰ ਦੇ ਖਿਲਾਫ ਵੀ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਕਹ ਰਹੇ ਨੇ ਕਿ ਜਿਹੜੇ ਅਲੀਗੇਸ਼ਨ ਮੇਰੇ ਤੇ ਲਾਏ ਗਏ ਕਾਕਾ ਸ਼ਾਹੀ ਦੀ ਗੱਲ ਹੋਈ ਹੈ ਜਾਂ ਹੋਰ ਜਿਹੜੇ ਅਲੀਗੇਸ਼ਨ ਲੱਗੇ ਨੇ ਕਹ ਰਹੇ ਨੇ ਕਿ ਮੈਨੂੰ ਨੌਜਵਾਨਾਂ ਨੇ ਚੁਣਿਆ ਨਾ ਕਿ ਮੈਂ ਕੋਈ ਸਿਆਸੀ ਟਕੜੰਬਾਜ਼ੀ ਦੇ ਨਾਲ ਆਇਆ ਤੇ ਕਹ ਰਹੇ ਨੇ ਕਿ ਸੰਗਠਨ ਦੇ ਲਈ ਹੁਣ ਕੰਮ ਕਰ ਰਿਹਾ ਬੈਟ ਛੱਡ ਕੇ ਕ੍ਰਿਕਟ ਛੱਡ ਕੇ ਰਾਜਨੀਤੀ ਚਾਹੀ ਨੇ ਤੇ ਹੁਣ ਦੇਖਦੇ ਆ ਅੱਗੇ ਕਿਵੇਂ ਜਿਹੜਾ ਸੰਗਠਨ ਨੂੰ ਚਲਾਉਂਦੇ ਨੇ ਅੱਜ ਦੇ ਪੌਡਕਾਸਟ ਚ ਨਹੀਂ ਹੁਣ ਮੈਨੂੰ ਦੀ ਇਜਾਜ਼ਤ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਰੱਖ ਸਕਦੇ ਹੋ ਤੁਹਾਨੂੰ ਇਹ ਪੌਡਕਾਸਟ ਕਿਵੇਂ ਲੱਗਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ